ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ। ਗੁਰੂ ਪਿਆਰੇ ਸਤਸੰਗੀ ਜਣੋ, ਵਡਭਾਗੇ ਹਾਂ ਸਤਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਅਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ। ਗੌੜੀ ਰਾਗ ਦੇ ਵਿੱਚੋਂ ਕਬੀਰ ਸਾਹਿਬ ਜੀ ਮਹਾਰਾਜ ਦਾ ਸ਼ਬਦ ਆਪਾਂ ਗਾਇਨ ਕੀਤਾ ਹੈ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਕੁਝ ਕੁ ਮੁੱਢਲੀਆਂ ਗੱਲਾਂ ਬਾਰੇ ਆਪਾਂ ਵਿਚਾਰ ਕਰਾਂਗੇ, ਕਿਉਂਕਿ ਕਿਸੇ ਵੀ ਕਾਰਜ ਦੇ ਵਿੱਚ ਸਫਲਤਾ ਪ੍ਰਾਪਤ ਕਰਨੀ ਹੋਵੇ ਤਾਂ ਸਾਨੂੰ ਮੁੱਢਲੀ ਜਾਣਕਾਰੀ, ਬੇਸਿਕ ਨੌਲੇਜ ਜ਼ਰੂਰੀ ਹੁੰਦੀ ਹੈ। ਜੇ ਅਸੀਂ ਸੱਚ ਧਰਮ ਰਾਹ 'ਤੇ ਚੱਲਣਾ ਹੈ ਤਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਧਰਮ ਦਾ ਜਿਹੜਾ ਸੰਬੰਧ ਹੈ ਇਹ ਮਨ ਦੇ ਨਾਲ ਹੈ। ਇਹ ਨੁਕਤੇ ਨੂੰ ਸਮਝਣ ਵਾਸਤੇ ਕੁਝ ਕੁ ਵਿਚਾਰ ਆਪਾਂ ਕਰਾਂਗੇ। ਸਬਜੈਕਟ ਧਿਆਨ 'ਚ ਰੱਖਿਓ, ਧਰਮ ਦਾ ਸੰਬੰਧ ਮਨ ਦੇ ਨਾਲ ਹੈ। ਕਿਸ ਤਰ੍ਹਾਂ ਜਦੋਂ ਆਪਾਂ ਘਰੋਂ ਤੁਰਦੇ ਹਾਂ, ਘਰੋਂ ਤੁਰਨ ਵੇਲੇ ਸਾਡੇ ਮਨ ਦੇ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਕਿ ਅਸੀਂ ਸਤਿਗੁਰੂ ਦੇ ਸਕੂਲ ਵਿੱਚ ਸੱਚਾ ਗਿਆਨ ਸਿੱਖਣ ਵਾਸਤੇ ਜਾ ਰਹੇ ਹਾਂ। ਘਰੋਂ ਤੁਰਨ ਵੇਲੇ ਸੰਬੰਧ ਕਿਹਦੇ ਨਾਲ ਬਣ ਗਿਆ? ਤੁਹਾਡਾ ਮਨ ਦੇ ਨਾਲ। ਤਾਣੇ ਤਾਂ ਆਉਣੇ ਹੀ ਹੈ, ਪਰ ਮਨ ਦੇ ਵਿੱਚ ਇਹ ਭਾਵਨਾ ਲੈ ਕੇ ਆਉਣੀ ਹੈ ਕਿ ਸਤਿਗੁਰੂ ਦੇ ਸਕੂਲ ਵਿੱਚ ਚੱਲੇ ਹਾਂ ਸਤਸੰਗ ਕਰਨ ਵਾਸਤੇ। ਸਤਸੰਗਤ ਸਤਿਗੁਰ ਚਟਸਾਲ ਹੈ ਜਿੱਤ ਹਰ ਗੁਣ ਸਿੱਖਾ। ਵੀ ਘਰੋਂ ਤੁਰਨ ਵੇਲੇ ਭਾਵਨਾ ਹੋਵੇ ਵੀ ਅਸੀਂ ਗੇੜਾ ਮਾਰਨ ਚੱਲੇ ਹਾਂ ਨਾ। ਗੁਰਦੁਆਰਾ ਸਾਹਿਬ ਕੋਈ ਪਿਕਨਿਕ ਸਪੋਟ ਨਹੀਂ ਵੀ ਇੱਥੇ ਆ ਕੇ ਆਪਸ ਵਿੱਚ ਗੱਲਾਂ ਬਾਤਾਂ ਮਾਰ ਕੇ ਅਤੇ ਖਾ ਪੀ ਕੇ ਮੁੜ ਗਏ ਨਾ। ਗੁਰਦੁਆਰਾ ਸਾਹਿਬ ਕੀ ਹੈ? ਸਤਿਗੁਰੂ ਦਾ ਸਕੂਲ। ਇਹ ਸਾਡੇ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ, ਇੱਥੇ ਆਪਾਂ ਸਿੱਖਣ ਵਾਸਤੇ ਆਉਂਦੇ ਹਾਂ। ਇੱਕ ਨੁਕਤਾ। ਦੂਸਰਾ, ਪਹੁੰਚ ਗਏ ਆਪਾਂ, ਆ ਕੇ ਨਮਸਕਾਰ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ। ਨਮਸਕਾਰ ਵੀ ਸੱਚੇ ਮਨੋਂ ਕਰਨੀ ਹੈ। ਨਮਸਕਾਰ ਸਾਧੀ ਭਰਦਿਆ ਕਰੋ ਨਾਲ, ਸੱਚੇ ਮਨੋਂ, ਉਤਲੇ ਮਨੋਂ ਮੱਥਾ ਨਹੀਂ ਟੇਕਣਾ। ਸੱਚੇ ਮਨੋਂ ਮੱਥਾ ਟੇਕਣਾ ਕੀ ਹੁੰਦਾ ਹੈ? ਗੁਰੂ ਨੂੰ ਨਮਸਕਾਰ ਕਰਤੀ ਭਾਵ ਕਿ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ, ਸਮਰਪਣ, ਸੁਰੈਂਡਰ। ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ, ਮੱਥਾ ਟੇਕਣ ਦਾ ਭਾਵ ਸੀਸ ਗੁਰੂ ਨੂੰ ਦੇ ਦਿੱਤਾ। ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕ ਕੇ ਗੁਰੂ ਦੀ ਮੱਤ ਨੂੰ ਮੱਥੇ ਵਿੱਚ ਨਹੀਂ ਟਿਕਾਇਆ ਅਤੇ ਮੱਥਾ ਟੇਕਣ ਦਾ ਕੀ ਸਵਾਦ ਆਇਆ? ਆਇਆ ਬੋਲੋ, ਫਿਰ ਕੀ ਸਵਾਦ? ਸੋ ਮੱਥਾ ਟੇਕ ਦਿੱਤਾ, ਮਨ ਮੱਤ ਛੱਡ ਦਿੱਤੀ, ਗੁਰੂ ਦੀ ਮੱਤ ਨੂੰ ਮੰਨਣ ਦਾ ਪ੍ਰਣ ਕਰ ਲਿਆ, ਸੋ ਸੀਸ ਗੁਰੂ ਨੂੰ ਦਿੱਤਾ। ਹੁਣ ਗੁਰੂ ਨੂੰ ਦਿੱਤਾ ਹੋਇਆ ਸੀਸ ਕਿਤੇ ਹੋਰ ਨਹੀਂ ਰੱਖਿਆ ਜਾ ਸਕਦਾ। ਹੁਣ ਹੋਰ ਨਹੀਂ ਕਿਤੇ ਮੱਥਾ ਟੇਕਣਾ, ਕਿਸੇ ਕਬਰ 'ਤੇ, ਸਮਾਧ 'ਤੇ, ਕਿਸੇ ਬੁੱਤ ਮੂਰਤੀ ਅੱਗੇ ਕਿਤੇ। ਕੱਟੜਤਾ ਨਹੀਂ, ਪਰਪੱਕਤਾ ਹੈ ਵੀ ਸਿੱਖ ਨੇ ਸੀਸ ਗੁਰੂ ਨੂੰ ਦਿੱਤਾ, ਗੁਰੂ ਨੂੰ ਦਿੱਤਾ ਸੀਸ ਕਿਤੇ ਹੋਰ ਨਹੀਂ ਰੱਖਿਆ ਜਾ ਸਕਦਾ। ਹੁਣ ਥਾਂ ਥਾਂ 'ਤੇ ਮੱਥੇ ਨਹੀਂ ਟੇਕੇ ਜਾ ਸਕਦੇ। ਸਾਡਾ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਹਨ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਨਹੀਂ ਮੱਥਾ ਟੇਕਣਾ ਕਿਤੇ। ਇਸ਼ਟ ਕਰਕੇ ਭੁਲੇਖਾ ਨਾ ਖਾਜੋ, ਇਸ਼ਟ ਕਰਕੇ ਇੱਕ ਸਾਡਾ ਸਮਾਜਿਕ ਸੱਭਿਆਚਾਰ ਹੈ ਵੀ ਅਸੀਂ ਮਾਤਾ ਪਿਤਾ ਦਾਦਾ ਦਾਦੀ ਬਜ਼ੁਰਗਾਂ ਨੂੰ ਮੱਥਾ ਟੇਕਦੇ ਹਾਂ, ਨਮਸਕਾਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਉਹ ਵੱਖਰਾ ਵਿਸ਼ਾ ਹੈ, ਇਸ਼ਟ ਦੇ ਤੌਰ 'ਤੇ ਨਹੀਂ ਮੱਥਾ ਟੇਕਣਾ ਕਿਤੇ ਹੁਣ ਇਦੂ ਬਾਅਦ, ਕਿਉਂਕਿ ਅਸੀਂ ਸੀਸ ਗੁਰੂ ਨੂੰ ਦੇ ਚੁੱਕੇ ਹਾਂ। ਮੱਥਾ ਟੇਕ ਦਿੱਤਾ, ਮਨ ਮਰਜ਼ੀ ਛੱਡ ਦਿੱਤੀ, ਮਨ ਵਿੱਚ ਹੈ ਸਤਿਗੁਰ ਕੈ ਪਾਸ, ਸਤਿਗੁਰ ਕੈ ਪਾਸ, ਫਿਰ ਕੀ ਹੋਜੂ? ਤਿਸ ਸੇਵਕ ਕੇ ਕਾਰਜ ਰਾਸ, ਕਾਰਜ ਰਾਸ। ਚਾਹੁੰਦੇ ਹਾਂ ਸਾਡੇ ਕਾਰਜ ਸੰਪੂਰਨ ਹੋ ਜਾਣ, ਤਾਂ ਸਮਝ ਲਓ ਜੇ ਅਸੀਂ ਚਾਹੁੰਦੇ ਹਾਂ ਸਾਡੇ ਕਾਰਜ ਰਾਸ ਹੋ ਜਾਣ ਤਾਂ ਅਸੀਂ ਆਪਣਾ ਮਨ ਗੁਰੂ ਨੂੰ ਸੌਂਪ ਦੇਣਾ ਹੈ, ਭਾਵ ਮਨ ਮਰਜ਼ੀ ਛੱਡ ਦੇਣੀ ਹੈ। ਕਥਾ ਦੇ ਦੌਰਾਨ ਆਉਂਦੇ ਪ੍ਰਮਾਣ ਵੀ ਪੜ੍ਹ ਲਿਆ ਕਰੋ, ਲੈ ਪੜ੍ਹਿਓ ਸਾਰੇ। ਮੱਥਾ ਟੇਕਤਾ, ਮਨ ਮਰਜ਼ੀ ਛੱਡੀ, ਮਨ ਵੇਚਿਆ, ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ
मन विचै सतगुर कै पास ਜੀ ਮੱਥਾ ਹਾਂ ਜੀ ਚੁੱਪ ਦਾ ਦਾਨ ਬਖਸ਼ੋ ਜੀ ਮੈਂ ਬੋਲ ਕੇ ਵੀ ਕਹਿ ਦਿੰਦਾ ਸਟੇਜ ਤੋਂ हाँ जी आप समझ रहे थे ध्यान च रखियो अपना विशा की है सबजैक्ट कि धर्म का संबंध मन के नाल है हुण सच्चे मनों मत्था टेकना गुरु ग्रंथ साहब जी अगे जे सच्चे मनों मत्था टेकया तो नमस्कार करन दा भी वड्डा पुन है पढ़ो प्रमाण कर साधु अंजुली पुन वड्डा है गुरु नूं दोवें हथ जोड़ के नमस्कार कर वड्डा पुन है साधु दा अर्थ की बन गया गुरु क्लीयर करदे बाणी चों क्योंकि गुर की बाणी गुर ते जाती गुरु की बाणी गुरु तो जानी जाती है गुरबाणी अपनी की कह लो अपनी चाबी आप है हुण अर्थ करा साडे लई साधु गुरु है किसी लिए कोई होवेगा सानू कोई इतराज नहीं पर जे गुरु का सिख है तो साडे वास्ते साधु गुरु है पढ़ो प्रमाण ओं साध सतगुर नमस्कार हो गया जी अर्थ बाणी दा बाणी चों ओं साध सतगुर नमस्कार ਹੋਰ ਲਓ ਉੱਤਮ ਸਲੋਕ ਸਾਧ ਕੇ ਬਚਨ ਪਛਾਣ ਆ ਗਈ ਕੌਣ ਗੁਰੂ ਉੱਤਮ ਸਲੋਕ ਸਾਧ ਕੇ ਬਚਨ ਬਚਨ ਉਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਹਿ ਨਿਸ਼ਤ ਹੋ ਗਿਆ ਅਰਥ ਬਾਣੀ ਦਾ ਬਾਣੀ ਚੋਂ ਇੱਕ ਹੋਰ ਲੈ ਲਓ ਕਿਤੇ ਸਪਸ਼ਟ ਹੀ ਲਿਖਿਆ ਸਾਧੂ ਸਤਿਗੁਰ ਜੇ ਮਿਲੈ ਕਿਹੜੇ ਸਾਧੂ ਨਾਲ ਮਿਲਣਾ ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਜੇ ਸਾਧੂ ਸਤਿਗੁਰ ਨਾਲ ਜੁੜ ਜਾਈਏ ਤੇ ਸਤਿਗੁਰ ਦਾ ਨੂਰੀ ਸਰੂਪ ਕੀ ਹੈ ਬਾਣੀ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾ ਵੈਗੋ ਸਤਿਗੁਰ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰਨਾ ਦੂਜਾ ਇਸ ਕਰਕੇ ਅਸੀਂ ਜੁੜਨਾ ਹੈ ਸਾਧੂ ਸਤਿਗੁਰ ਦੇ ਨਾਲ ਸਾਡੇ ਲਈ ਸਾਧੂ ਸਤਿਗੁਰ ਅਤੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰ ਵੱਡਾ ਪੁੰਨ ਹੈ ਅੰਜੁਲੀ ਦਾ ਅਰਥ ਕੀ ਹੁੰਦਾ ਉਹ ਵੀ ਕਰ ਦੇਵਾਂ ਕਿਉਂਕਿ ਇੱਕ ਲਫ਼ਜ਼ ਹੈ ਜਿਹੜਾ ਨਾ ਪ੍ਰਚਾਰਕ ਨੂੰ ਸਮਝਾਉਣਾ ਪੈਂਦਾ ਹੈ ਅੰਜੁਲੀ ਕੀ ਹੁੰਦੀ ਹੈ ਸਟੇਜ ਵੱਲ ਦੇਖਿਓ ਜਦੋਂ ਆਪਾਂ ਇੱਦਾਂ ਕਰਦੇ ਹਾਂ ਆ ਉਂਗਲਾਂ ਦੇ ਪੋਟੇ ਟੱਚ ਕਰਨੇ ਚਾਹੀਦੇ ਹੈ ਜਿਹਨੂੰ ਅਸੀਂ ਸਾਇੰਸ ਦੀ ਭਾਸ਼ਾ ਵਿੱਚ ਨਰਬ ਐਂਡ ਕਹਿੰਦੇ ਹਾਂ ਆਹ ਦੇਖੋ ਟੱਚ ਕਰਦੇ ਨਾ ਆਏ ਕੀ ਹੋ ਗਿਆ ਸਰਕਲ ਪੂਰਾ ਹੋ ਗਿਆ ਵਰਤੁਲ ਕਹਿੰਦੇ ਹਾਂ ਨਾ ਸਰਕਲ ਪੂਰਾ ਹੋ ਗਿਆ ਨਰਬ ਐਂਡ ਟੱਚ ਕਰਨੇ ਦੇ ਵਿੱਚ ਫਿਰ ਵਾਈਬ੍ਰੇਸ਼ਨ ਬਣਦੀਆਂ ਨਾ ਆਇਆਂ ਦੇ ਆਹ ਇੱਦਾਂ ਇਹਨੂੰ ਕੀ ਕਹਿੰਦੇ ਨੇ ਸਤਿਕਾਰ ਵਾਲੀ ਮੁਦਰਾ ਵੀ ਉਂਗਲਾਂ ਦੇ ਪੋਟੇ ਟੱਚ ਕਰਨ ਅਤੇ ਸੀਸ 10 ਡਿਗਰੀ 'ਤੇ ਝੁਕਿਆ ਹੋਵੇ ਇੱਦਾਂ ਸਤਿਕਾਰ ਵਾਲੀ ਮੁਦਰਾ ਵਿੱਚ ਗੁਰੂ ਨੂੰ ਨਮਸਕਾਰ ਕਰ ਵੱਡਾ ਪੁੰਨ ਹੈ ਸੱਚੇ ਮਨੋਂ ਮੱਥਾ ਟੇਕ ਉਤਲੇ ਮਨੋਂ ਨਾ ਮੱਥਾ ਟੇਕ ਸੱਚੇ ਮਨੋਂ ਵੀ ਵਚਨ ਸੁਣ ਕੇ ਮਨ ਸੱਚੀ ਨਮਸਕਾਰ ਵੀ ਵਚਨ ਸੁਣ ਕੇ ਮੰਨਣਾ ਜੇ ਨਾ ਮੰਨਿਆ ਫਿਰ ਗੁਰੂ ਜੀ ਨੇ ਕਹਿ ਦਿੱਤਾ ਸੀਸ ਨਵਾਇਆ ਕਿਆ ਥੀ ਹੈ ਜਾਂ ਰਿਦਾ ਕਸੁੱਧੇ ਜਾਹੇ ਜਿਹੜੇ ਖੋਟੇ ਮਨ ਲਈ ਫਿਰਦੇ ਹੈ ਕਹਿੰਦੇ ਫਿਰ ਤਾਂ ਮੱਥੇ ਟੇਕਣ ਦਾ ਕਿਹਾ ਜੇ ਗੱਲ ਨਹੀਂ ਮੰਨਣੀ ਸੀਸ ਨਵਾਇਆ ਕਿਆ ਥੀ ਹੈ ਫਿਰ ਤਾਂ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਦੋਨੇ ਕੰਮ ਕਰਨੇ ਨਾਲੇ ਤਾਂ ਮੱਥਾ ਟੇਕਣਾ ਗੁਰੂ ਨੂੰ ਨਾਲੇ ਬਚਨ ਮੰਨਣ ਤੋਂ ਜਵਾਬ ਕਹਿੰਦੇ ਉਹ ਤਾਂ ਸ਼ੁਰੂ ਤੋਂ ਹੀ ਖੁੰਝ ਗਿਆ ਜਿਹੜਾ ਗੁਰੂ ਨੂੰ ਮੱਥਾ ਤਾਂ ਟੇਕਦਾ ਪਰ ਬਚਨ ਮੰਨਣ ਤੋਂ ਜਵਾਬ ਦਿੰਦਾ ਉਹ ਧਰਮ ਵਾਲੇ ਰਾਹ ਨਹੀਂ ਪੈ ਸਕਦਾ ਉਹ ਤਾਂ ਮੁੱਢ ਤੋਂ ਹੀ ਖੁੰਝ ਗਿਆ ਬੋਲੋ ਸਤਨਾਮ ਉਹਨੇ ਕਦੋਂ ਪੈਣਾ
ਉਹ ਰੱਬੀ ਰਾਹ ਨਹੀਂ ਪੈ ਸਕਦਾ ਕਿ ਉਹ ਤਾਂ ਸ਼ੁਰੂ ਤੋਂ ਹੀ ਖੁੰਝ ਗਿਆ। ਇਸ ਕਰਕੇ ਕੰਮ ਨਹੀਂ ਕਰਨਾ ਵੀ ਮੱਥਾ ਵੀ ਟੇਕ ਲਿਆ ਅਤੇ ਗੱਲ ਵੀ ਮੰਨਣ ਤੋਂ ਜਵਾਬ ਨਾ ਜੀ ਨਾ ਨਾ। ਸੋ ਇਹ ਨੁਕਤਾ ਅਸੀਂ ਹੁਣ ਮੱਥਾ ਟੇਕਣ ਦਾ ਕਹਿ ਲਓ ਨਮਸਕਾਰ ਕਰਨ ਦਾ ਦ੍ਰਿੜ ਕਰ ਲਿਆ ਆਪਾਂ। ਦੋ ਨੁਕਤੇ ਹੋ ਗਏ ਨਾ ਘਰੋਂ ਤੁਰਨ ਵੇਲੇ, ਮਨ 'ਚ ਭਾਵਨਾ ਹੋਵੇ, ਸੱਚੇ ਮਨੋਂ ਮੱਥਾ ਟੇਕਣਾ। ਅਗਲਾ ਨੁਕਤਾ, ਫਿਰ ਆਪਾਂ ਨਮਸਕਾਰ ਕਰਕੇ ਬੈਠ ਕੇ ਬੈਠਣ ਦਾ ਨਿਯਮ ਸੂਰਤ ਹੋਣਾ ਸਿੱਖੋ। ਇਕਾਗਰ ਚੀਤ ਚੌਂਕੜੇ ਲਾ ਕੇ ਬੈਠੋ। ਜੇ ਕਿਸੇ ਨੂੰ ਅਤੀ ਮਜਬੂਰੀ ਹੈ ਗੋਡਿਆਂ ਦੀ ਵੱਖਰੀ ਗੱਲ ਹੈ, ਰੀੜ੍ਹ ਦੀ ਹੱਡੀ ਸਿੱਧੀ ਰੱਖੋ, ਅਲਰਟ ਸੁਚੇਤ ਹੋ ਕੇ ਬੈਠੀਏ। ਸਿੱਧ ਹੋ ਗਿਆ। ਇੱਦਾਂ ਅਸੀਂ ਭਾਈ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਫਿਰ ਬੈਠ ਗਏ ਨਾ, ਹੁਣ ਮਨ ਕਰਕੇ ਹਾਜ਼ਰੀ ਭਰਨੀ, ਹੁਣ ਮਨ 'ਤੇ ਆ ਜਾਓ। ਹੁਣ ਹਾਜ਼ਰੀ ਕੌਣ ਭਰੂ? ਬੈਠ ਤਾਂ ਗਏ, ਹਾਜ਼ਰੀ ਕੌਣ ਭਰੂ? ਮਨ। ਗੁਰੂ ਦੇ ਚਰਨਾਂ ਵਿੱਚ ਮਨ ਦੀ ਹਾਜ਼ਰੀ ਲੱਗਦੀ ਹੈ ਕਦੋਂ? ਜਦੋਂ ਧਿਆਨ ਲਾ ਕੇ ਸੁਣਦੇ ਹਾਂ। ਜਿਹੜੇ ਸਤਸੰਗੀ ਭੈਣ ਭਰਾ ਧਿਆਨ ਲਾ ਕੇ ਸੁਣ ਰਹੇ ਹੈ, ਉਹਨਾਂ ਦਾ ਮਨ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਿਹਾ ਹੈ। ਜਿਹੜੇ ਧਿਆਨ ਲਾ ਕੇ ਸੁਣ ਨਹੀਂ ਰਹੇ, ਹਾਜ਼ਰ ਗੈਰ ਹਾਜ਼ਰ, ਹਾਜ਼ਰ ਗੈਰ ਹਾਜ਼ਰ। ਇਸ ਕਰਕੇ ਮਨ ਨੇ ਹਾਜ਼ਰੀ ਭਰਨੀ ਹੈ। ਕਿਉਂ? ਕਿਉਂਕਿ ਮਨ ਨੂੰ ਸਤਿਗੁਰ ਮਿਲਣਾ। ਹਾਜ਼ਰੀ ਮਨ ਨੇ ਭਰਨੀ ਹੈ। ਸਤਿਗੁਰ ਕਿਹਨੂੰ ਮਿਲਦਾ? ਤਨ ਨੂੰ ਨਹੀਂ ਮਿਲਦਾ। ਇਤਿਹਾਸਕ ਪ੍ਰਮਾਣ, ਪਿਰਥੀ ਚੰਦ ਨੂੰ ਸਤਿਗੁਰ ਨਹੀਂ ਮਿਲਿਆ। ਇੱਕ ਘਰ 'ਚ ਰਹਿੰਦੇ ਆ ਸਰੀਰ ਕਰਕੇ, ਚੌਥੇ ਪਾਤਸ਼ਾਹ ਦਾ ਪੁੱਤ ਹੈ ਨਾ, ਪਰ ਪਿਰਥੀ ਚੰਦ ਨੂੰ ਸਤਿਗੁਰ ਨਹੀਂ ਮਿਲਿਆ ਨਾ। ਉਹਨੇ ਧਿਆਨ ਲਾ ਕੇ ਸੁਣ ਕੇ ਗੱਲ ਮੰਨੀ ਨਹੀਂ। ਸਤਿਗੁਰ ਦਾ ਮੇਲ ਹੁੰਦਾ ਮਨ ਦੇ ਤਲ 'ਤੇ। ਸਤਿਗੁਰ ਦਾ ਸਰੂਪ ਕੀ ਹੈ? ਸੱਚਾ ਗਿਆਨ। ਸਤਿਗੁਰ ਸਤ ਸਦਾ ਰਹਿਣ ਵਾਲਾ, ਗੁਰ ਗਿਆਨ ਸਦਾ ਰਹਿਣ ਵਾਲਾ, ਸਰਬ ਸਾਂਝਾ ਸੱਚਾ ਗਿਆਨ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਯੂਨੀਵਰਸਲ ਟਰੁੱਥ। ਇਹਨੇ ਕਿੱਥੇ ਜਾਣਾ? ਮਨ ਵਿੱਚ। ਸਤਿਗੁਰੂ ਗਿਆਨ ਦੀ ਮੂਰਤ ਹੈ। ਧਿਆਨ ਲਾ ਕੇ ਸੁਣਦੇ ਰਹੀਏ ਤਾਂ ਮਨ ਵਿੱਚ ਉੱਤਰ ਜਾਂਦੀ ਹੈ। ਜਦੋਂ ਮਨ ਵਿੱਚ ਉੱਤਰ ਗਿਆ ਗੁਰੂ, ਫਿਰ ਗੁਰ ਮੇਰਾ ਸੰਗ ਸਦਾ ਹੈ ਨਾਲੀ, ਸਦਾ ਹੈ ਨਾਲੀ, ਸਿਮਰ ਸਿਮਰ ਤਿਸ ਸਦਾ ਸੰਭਾਲੀ। ਜਦੋਂ ਗੁਰੂ ਮਨ 'ਚ ਵੱਸ ਗਿਆ, ਫਿਰ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ ਛਡਾਈ ਲਗਾ ਲਓ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, 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 ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲਈ ਛਡਾਈ,
ਇਸ ਗੱਲ ਨੂੰ ਵੀ ਸਾਰੇ ਦ੍ਰਿੜ ਕਰ ਲਓ ਵੀ ਸਤਿਗੁਰੂ ਗਿਆਨ ਦੀ ਮੂਰਤ ਹੈ, ਧਿਆਨ ਲਾ ਕੇ ਸੁਣਦੇ ਰਹੀਏ ਤਾਂ ਮਨ ਵਿੱਚ ਉਤਰ ਜਾਂਦੀ ਹੈ। ਫਿਰ ਗੁਰ ਕੀ ਮੂਰਤ ਮਨ ਮੈਂ ਧਿਆਨ, ਫਿਰ ਮਨ ਵਿੱਚ ਧਿਆਨ ਰਹਿੰਦਾ ਗੁਰ ਕੀ ਮੂਰਤ। ਬੁਰਸ਼ ਦੇ ਨਾਲ, ਰੰਗਾਂ ਦੇ ਨਾਲ, ਕਾਗਜ਼ 'ਤੇ ਨਹੀਂ ਬਣਦੀ। ਗੁਰ ਦੀ ਮੂਰਤ ਮਨ ਵਿੱਚ ਬਣਦੀ ਹੈ। ਜੋ ਮੂਰਤ ਮਨ ਵਿੱਚ ਬਣਦੀ ਹੈ ਗੁਰੂ ਦੀ, ਉਹਨੂੰ ਜ਼ਬਾਨ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਬੋਲੋ ਸਤਨਾਮ। ਹਾਂਜੀ, ਗੁਰੂ ਮਨ 'ਚ ਉਤਰਦਾ। ਸੋ ਮਨ ਦੇ ਤਲ 'ਤੇ ਅਸੀਂ ਸਤਿਗੁਰ ਨਾਲ ਜੁੜਨਾ ਹੈ, ਸਤਿਗੁਰ ਨਾਲ ਸਾਡਾ ਮੇਲ ਹੋਣਾ ਹੈ। ਇੰਨੀ ਗੱਲ ਆਪਾਂ ਸਮਝ ਲਈ ਵੀ ਸਤਿਗੁਰ ਮਨ ਨੂੰ ਮਿਲਦਾ। ਹੋਰ ਪ੍ਰਮਾਣ ਲੈ ਲਓ, ਭਾਵੇਂ ਗੁਰਸਭਾ ਇਹ ਬਣਾ ਪਾਈ ਹੈ, ਨਾ ਨੇੜੇ ਨਾ ਦੂਰ ਨਾਨਕ, ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਸਤਿਗੁਰ ਦਾ ਮੇਲ ਤਾਂ ਹੁੰਦਾ ਜੇ ਮਨ ਹਜ਼ੂਰੀ ਵਿੱਚ ਰਹੇ। ਇੱਕ ਪ੍ਰਮਾਣ ਹੋਰ ਪੜ੍ਹ ਲਓ, ਗਾ ਵੀ ਲਓ, ਦ੍ਰਿੜ ਹੋ ਜਾਂਦਾ ਫਿਰ ਅੱਗੇ ਤੁਰਾਂਗੇ। ਪਹਿਲਾਂ ਪੜ੍ਹ ਲਿਆ ਸੀ, ਫਿਰ ਪੜ੍ਹ ਲਓ। ਗੁਰ ਮੇਰਾ ਸੰਗ ਸਦਾ ਹੈ, ਨਾਲੇ ਸਿਮਰ ਸਿਮਰ ਅਤੇ ਸਦਾ ਸੰਭਾਲੀ। ਧਿਆਨ ਲਾ ਕੇ ਸੁਣਦੇ ਜਦੋਂ ਮਨ ਵਿੱਚ ਵੱਸ ਗਿਆ, ਫਿਰ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ। ਗੁਰ ਮੇਰਾ ਸੰਗ ਸਮਝ ਲਿਆ। ਤਿੰਨ ਨੁਕਤੇ ਦ੍ਰਿੜ ਹੋ ਗਏ। ਉਦੋਂ ਪਹਿਲਾਂ ਧਿਆਨ 'ਚ ਰੱਖਿਓ, ਘਰੋਂ ਤੁਰਨ ਤੋਂ ਲੈ ਕੇ ਨਮਸਕਾਰ ਦੀ ਗੱਲ ਹੋ ਗਈ, ਬੈਠਣ ਦੀ ਗੱਲ ਹੋ ਗਈ, ਮਨ ਕਰਕੇ ਹਾਜ਼ਰੀ ਭਰਨੀ, ਅਤੇ ਸਤਿਗੁਰ ਮਨ ਨੂੰ ਮਿਲਦਾ ਅਤੇ ਮਨ ਹੀ ਗੁਰੂ ਦੀ ਹਜ਼ੂਰੀ ਚਾ ਕੇ ਇਸ਼ਨਾਨ ਕਰਦਾ। ਇਹ ਵੀ ਦ੍ਰਿੜ ਕਰ ਲਓ, ਇਸ਼ਨਾਨ ਕਿਹਨੇ ਕਰਨਾ? ਮਨ ਨੇ। ਠੀਕ ਹੈ, ਤਨ ਦਾ ਇਸ਼ਨਾਨ ਸਹਿਯੋਗੀ ਹੈ, ਪਰ ਧਰਮੀ ਬਣਨਾ ਹੋਵੇ ਤਾਂ ਮਨ ਦਾ ਇਸ਼ਨਾਨ ਕਰਨਾ। ਮਨ ਦਾ ਇਸ਼ਨਾਨ ਕਿਵੇਂ ਹੁੰਦਾ? ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ। ਅਗਲੀ ਲੈਣ ਬੋਲ ਦਿਓ, ਵੈਰੀ ਗੁੱਡ। ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ। ਪਾਣੀ ਨਾਲ ਹੋ ਸਕਦਾ ਮਨ ਦਾ ਇਸ਼ਨਾਨ? ਕਾਤੇ ਨਹੀਂ ਹੋ ਸਕਦਾ। ਜੇ ਕੀ ਪੁੱਛ ਲਵੇ ਨਾ ਵੀ ਕਾਤੇ ਨਹੀਂ ਹੋ ਸਕਦਾ, ਗੱਲ ਸਿੱਧੀ ਜੀ ਹੈ, ਪਾਣੀ ਦੀ ਪਹੁੰਚ ਮਨ ਤੱਕ ਨਹੀਂ। ਬੋਲੋ ਸਤਨਾਮ। ਜਿਹੜੀ ਚੀਜ਼ ਦੀ ਪਹੁੰਚ ਹੀ ਨਹੀਂ। ਇਸ ਕਰਕੇ ਤਾਂ ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ। ਪ੍ਰਮਾਣ ਪੜ੍ਹੋ, ਗੁਰਦੇਵ ਤੀਰਥ, ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਣ ਅਪਰੰਪਰਾ। ਗੁਰੂ ਤੀਰਥ ਹੈ, ਗੁਰੂ ਅੰਮ੍ਰਿਤ ਦਾ ਸਰੋਵਰ ਹੈ। ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗੁਰੂ ਦੇ ਗਿਆਨ ਦਾ ਇਸ਼ਨਾਨ ਹੀ ਸਾਰਿਆਂ ਤੋਂ ਵੱਡਾ ਇਸ਼ਨਾਨ ਹੈ। ਗੁਰ ਗਿਆਨ ਮੱਜਣ ਅਪਰੰਪਰਾ, ਮਨ ਇਸ਼ਨਾਨ ਕਰਦਾ। ਹੋਰ ਪ੍ਰਮਾਣ ਲਓ, ਸੁਣੇ 68 ਕਾ ਇਸ਼ਨਾਨ ਸੁਣਿਆ ਮੀਨ। ਜੇ ਧਿਆਨ ਲਾ ਕੇ ਸੁਣ ਲਈਏ
ਜਦੋਂ ਹੁਸ਼ਿਆਰੀ ਲੱਗ ਜੇ ਨਾ ਅਰਥ ਕਰਨ ਵੇਲੇ ਜੇ ਲੱਗ ਜਾਂਦਾ ਹੈ, ਸੁਣਿਆ ਦਾ ਅਰਥ ਜੇ ਸੁਣ ਲਈਏ, ਸੁਣੇ ਅੱਠ ਸੱਠ ਕਾ ਇਸ਼ਨਾਨ, ਪੁਜਾਰੀ ਬਾਦ ਕਹਿੰਦਾ ਅਠਾਹਠ ਤੀਰਥ ਹੈ, ਗੁਰੂ ਬਾਬਾ ਜੀ ਕਹਿੰਦੇ ਸਿੱਖਾ ਤੂੰ ਨਾ ਚੱਕਰ 'ਚ ਪੈ ਜਾਈ ਕਿਤੇ, ਜੇ ਰੱਬੀ ਗਿਆਨ ਧਿਆਨ ਲਾ ਕੇ ਸੁਣ ਲਈ, ਪੁਜਾਰੀ ਬਾਦ ਦੇ ਕਹੇ ਅਠਾਹਠ ਤੀਰਥਾਂ ਦੇ ਨਹਾਉਣ ਇੱਥੇ ਹੀ ਹੋ ਜਾਂਦੇ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਿਬੜ ਕੇ ਚੱਕਰ ਨਾ, ਕਿੰਨੀ ਸਪਸ਼ਟ ਗੱਲ ਹੈ। ਦੇਖੋ ਕਿਤੇ ਸਪਸ਼ਟ ਲਿਖਿਆ, ਗੁਰ ਸਮਾਨ ਤੀਰਥ ਨਹੀਂ ਹੋਏ। ਗੁਰੂ ਗਿਆਨ ਨੂੰ ਸੁਣਨਾ ਹੀ ਤੀਰਥ ਇਸ਼ਨਾਨ ਹੈ, ਕਿਉਂਕਿ ਤੀਰਥ ਗੁਰੂ ਹੈ, ਤੀਰਥ ਗੁਰੂ ਹੈ, ਯਾਦ ਰੱਖਿਓ ਉਸ ਗੱਲ ਨੂੰ। ਹੋਰ ਲੈ ਲਓ ਪ੍ਰਮਾਣ, ਕਿਤੇ ਵਚਨ ਆਉਂਦਾ ਹੈ ਗੁਰ ਵਾਕ ਨਿਰਮਲ ਸਦਾ ਚਾਨਣ, ਨਿਤ ਸੱਚ ਤੀਰਥ ਮੱਜਣਾ। ਗੁਰੂ ਦਾ ਪਵਿੱਤਰ ਵਚਨ ਸੁਣਨਾ ਹੀ ਨਿਤ ਸੱਚੇ ਤੀਰਥ ਦਾ ਇਸ਼ਨਾਨ ਹੈ। ਸੋ ਇੱਦਾਂ ਮਨ ਨੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਗਿਆਨ ਦਾ ਇਸ਼ਨਾਨ ਕਰਨਾ ਹੈ, ਜੋ ਆਪਾਂ ਹੁਣ ਕਰ ਰਹੇ ਹਾਂ। ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗ, ਨਾਵੈ ਕੈ ਰੰਗ। ਚਲੋ ਇੱਥੋਂ ਤੱਕ ਆਪਾਂ ਇਹ ਗੱਲ ਵੀ ਸਮਝ ਲਈ, ਮਨ ਨੇ ਇਸ਼ਨਾਨ ਕਰਨਾ ਗੁਰੂ ਦੀ ਹਜ਼ੂਰੀ 'ਚ ਆ ਕੇ। ਸਤਿਗੁਰ ਪੁਰਖ ਅੰਮ੍ਰਿਤ ਸਰ, ਬੜਭਾਗੀ ਨਾਵਹੇ ਆਏ। ਸਤਿਗੁਰ ਅੰਮ੍ਰਿਤ ਦਾ ਸਰੋਵਰ ਹੈ, ਵੱਡੇ ਭਾਗਾਂ ਵਾਲੇ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਨਹਾਉਂਦੇ ਹੈ, ਨਹਾ ਰਹੇ ਸਾਰੇ। ਬੜਭਾਗੀ ਨਾਵਹੇ ਆਏ, ਬਹੁਤ ਹੋ ਗਏ ਪ੍ਰਮਾਣ, ਕੇ ਹੋਰ ਲੈ ਲਓ ਇੱਕ ਦੋ। ਚਲੋ ਸਤਿਗੁਰ ਹੈ ਅੰਮ੍ਰਿਤਸਰ ਸਾਚਾ, ਮਨ ਨਾਵੈ। ਕੌਣ ਨਹਾਉਂਦਾ ਜੀ? ਮਨ ਨਾਵੈ, ਮੈਲ ਚੁਕਾ ਬਣਿਆ। ਸਤਿਗੁਰ ਹੀ ਅੰਮ੍ਰਿਤ ਦਾ ਸੱਚਾ ਸਰੋਵਰ ਹੈ, ਜਿੱਥੇ ਆ ਕੇ ਮਨ ਇਸ਼ਨਾਨ ਕਰਦਾ, ਮਨ ਨਾਵੈ, ਮੈਲ ਚੁਕਾ ਬਣਿਆ, ਫਿਰ ਆਪਣੇ ਅੰਦਰ ਦੀ ਮੈਲ ਨੂੰ ਕੱਢ ਲੈਂਦਾ ਹੈ। ਚਲੋ ਯਾਦ ਰੱਖ ਲਿਓ, ਮੇਰਾ ਖਿਆਲ ਇੰਨੇ ਪ੍ਰਮਾਣ ਕਾਫੀ ਹੋ ਗਏ। ਸੋ ਇੱਥੋਂ ਤੱਕ ਦੇ ਨੁਕਤੇ ਆਪਾਂ ਨੂੰ ਸਾਰੇ ਸਮਝ ਆ ਗਏ ਮੇਰਾ ਖਿਆਲ। ਹੁਣ ਤੱਕ ਦਾ ਨਿਚੋੜ ਨਾਲ ਦੀ ਨਾਲ ਹੀ ਕਹਿ ਦੇਵਾਂ ਕਿ ਬਾਅਦ 'ਚ ਫਿਰ ਆਪਾਂ ਕਿਸੇ ਹੋਰ ਵਿਸ਼ੇ 'ਤੇ ਗੱਲ ਕਰਨੀ ਹੈ। ਧਰਮ ਦਾ ਸੰਬੰਧ ਮਨ ਦੇ ਨਾਲ ਹੈ, ਹੁਣ ਤੱਕ ਆਪਾਂ ਗੱਲ ਸਮਝ ਲਈ। ਘਰੋਂ ਮਨ 'ਚ ਭਾਵਨਾ ਲੈ ਕੇ ਆਓ ਵੀ ਗੁਰੂ ਦੇ ਸਕੂਲ ਚੱਲੇ ਹੈ, ਸੱਚੇ ਮਨੋਂ ਮੱਥਾ ਟੇਕੋ, ਫਿਰ ਮਨ ਕਰਕੇ ਹਾਜ਼ਰੀ ਭਰੋ, ਸੁਚੇਤ ਹੋ ਕੇ ਸੁਣੋ, ਅਤੇ ਮਨ ਨੇ ਇਸ਼ਨਾਨ ਕਰਨਾ ਹੈ ਗੁਰੂ ਦਾ ਗਿਆਨ ਸੁਣ ਕੇ, ਅਤੇ ਮਨ ਨੇ ਹੀ ਗੁਰੂ ਵਾਲੇ ਬਣਨਾ ਹੈ। ਮਨ ਗੁਰੂ ਵਾਲਾ ਕਿਵੇਂ ਬਣੇ? ਬਾਣੀ ਦਾ ਇੱਕ ਇੱਕ ਵਚਨ ਸੱਤ ਕਰਕੇ ਮੰਨਣਾ ਹੈ। ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ, ਗੁਰਸਿੱਖੋ ਹਰ ਕਰਤਾਪ ਮੋਹ ਕਢਾਏ। ਖੰਡੇ ਦੀ ਪਹੁਲ ਛਕਣਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਪ੍ਰਣ ਹੈ, ਪ੍ਰਣ ਹੈ ਨਾ। ਅਤੇ ਜੇ ਖੰਡੇ ਦੀ ਪਹੁਲ ਛੱਕ ਕੇ ਪੰਜ ਕਕਾਰ ਪਹਿਣ ਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਗੱਲ ਨਹੀਂ ਮੰਨਦਾ, ਤੁਸੀਂ ਬੋਲੋ ਗੁਰੂ ਵਾਲਾ, ਤੁਸੀਂ ਦਿਓ ਵੀ ਜਵਾਬ। ਖੰਡੇ ਦੀ ਪਹੁਲ ਛੱਕ ਕੇ ਪੰਜ ਕਕਾਰ ਪਹਿਣ ਕੇ ਵੀ ਗੁਰੂ ਤੋਂ ਬੇਮੁੱਖ ਹੈ ਜਿਹੜਾ ਗੁਰਬਾਣੀ ਦੀ ਗੱਲ ਨਹੀਂ ਮੰਨਦਾ। ਬੋਲੋ ਸਤਨਾਮ। ਆਹ ਗੱਲ ਸਮਝਣ ਵਾਲੀ ਹੈ, ਇਹ ਖੜਕਾ ਜਿਹਾ ਆਪਣੇ ਆਪ ਹੀ ਬਾਹਰ, ਇਹ ਬੰਦ ਨਹੀਂ ਹੋ ਸਕਦਾ। ਕੋਈ ਦਰਵਾਜ਼ਾ ਵਗੈਰਾ ਤਾਂ ਬੰਦ ਕਰ ਦਿਓ ਤਾਂ। ਅਤੇ ਹਾਂਜੀ, ਆਪਾਂ ਹੁਣ ਇਹ ਗੱਲ ਸਮਝ ਲਈ, ਮਨ ਕਰਕੇ ਅਸੀਂ ਗੁਰੂ ਵਾਲੇ ਬਣਨਾ। ਠੀਕ ਹੈ, ਖੰਡੇ ਦੀ ਪਹੁਲ ਛਕਣੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਪ੍ਰਣ ਹੈ। ਅਤੇ ਅੱਜ ਸੁਬਾਹ ਵੀ ਗੱਲ ਹੋਈ ਸੀ, ਪੰਜ ਕਕਾਰ ਇਹਦੀ ਰਹਿਤ ਨੂੰ ਅਸੀਂ ਮਨ ਦੇ ਵਿੱਚ ਵਸਾਉਣਾ, ਰਹਿਤ ਨੂੰ ਮਨ ਦੇ ਵਿੱਚ ਰੱਖ ਕੇ ਜੀਵਨ ਜਿਉਣਾ। ਕਸ਼ਹਿਰਾ ਕਰੈਕਟਰ ਕੜਾ ਕਰਨੀ, ਕਿਰਪਾਨ ਸਵੈ ਮਾਨ ਅਣਖ ਆਜ਼ਾਦੀ, ਕੇਸ ਬੰਦਗੀ ਮਾੜੇ ਕੰਮਾਂ ਤੋਂ ਸ਼ਰਮ ਖਾਣੀ, ਕੰਘਾ ਕੇਸਾਂ ਦੀਆਂ ਗੁੰਝਲਾਂ ਕੱਢਦਾ, ਟੁੱਟੇ ਕੇਸ ਕੱਢ ਦਿੰਦਾ, ਭਾਵ ਅਰਥ ਗੁਰਬਾਣੀ ਗਿਆਨ ਦਾ ਕੰਘਾ ਫੇਰਿਆ ਕਰ, ਮਨ ਧਿਆਨ ਲਾ ਕੇ ਸੁਣਿਆ ਕਰ ਬਾਣੀ, ਫਿਰ ਮਨ ਦੀਆਂ ਗੁੰਝਲਾਂ ਅਤੇ ਮਨ ਦੇ ਟੁੱਟੇ ਫੁੱਟੇ ਖਿਆਲ ਗੁਰਬਾਣੀ ਗਿਆਨ ਦੇ ਕੰਘੇ ਨੇ, ਬਾਹਰ ਕੱਢਦੇ ਨੇ ਆਪਣੇ ਮਨ ਨੂੰ ਵੀ, ਕੰਘਿਆ ਕਰ। ਬੋਲੋ ਸਤਨਾਮ ਗੁਰੂ ਗਿਆਨ। ਇਸ ਕਰਕੇ ਇਹ ਪੰਜ ਕਕਾਰੀ ਰਹਿਤ ਵੀ ਮਨ ਵਿੱਚ ਰੱਖਣੀ ਹੈ। ਇੱਕ ਇੱਕ ਵਚਨ ਸੱਤ ਸੱਤ ਕਰਕੇ ਮੰਨਣਾ ਹੈ, ਇੱਦਾਂ ਅਸੀਂ ਮਨ ਕਰਕੇ ਗੁਰੂ ਵਾਲੇ ਬਣਨਾ ਹੈ। ਜੇ ਮਨ ਕਰਕੇ ਗੁਰੂ ਵਾਲੇ ਬਣ ਗਏ ਤਾਂ ਤਨ ਉਹ ਕੰਮ ਕਰੂਗਾ ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਹੈ, ਉਹ ਕੰਮ ਕਦੇ ਨਹੀਂ ਕਰੂਗਾ ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਸਾਨੂੰ ਵਰਜਦੇ ਹੈ, ਰੋਕਦੇ ਹੈ। ਫਿਰ ਅਸੀਂ ਸਰੀਰ ਦੇ ਨਾਲ ਉਹ ਕਰਾਂਗੇ ਜੋ ਕਿਹਾ ਜਾ ਰਿਹਾ ਕਰਨ ਵਾਸਤੇ। ਇੱਥੋਂ ਤੱਕ ਇਸ ਵਿਸ਼ੇ 'ਤੇ ਆਪਣੀ ਵਿਚਾਰ ਸਮਾਪਤ ਹੋ ਗਈ। ਹੁਣ ਆਪਾਂ ਜੋ ਸ਼ਬਦ ਗਾਇਨ ਕੀਤਾ ਇਹ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਤੋਂ ਉਪਰੰਤ ਸੰਖੇਪ ਸਮੇਂ ਦੇ ਵਿੱਚ ਅੱਜ ਭਾਈ ਮਣੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ।
ਸੋ ਸੰਖੇਪ ਦੇ ਵਿੱਚ ਆਪਾਂ ਸ਼ਹਾਦਤ ਦੀ ਗੱਲ ਵੀ ਕਰਾਂਗੇ। ਹਾਂਜੀ, ਹੁਣ ਸ਼ੁਰੂ ਹੋ ਗਈ ਸ਼ਬਦ ਦੀ ਵਿਚਾਰ, ਜਿਹੜਾ ਆਪਾਂ ਸ਼ੁਰੂ ਵਿੱਚ ਗਾਇਨ ਕੀਤਾ। ਗਾਉੜੀ ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ, ਚਲਤਰ ਚਿਓ ਜਗਦੀਸ਼ ਕਾਮ ਸੁਆਏ, ਗਜ ਵਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਇੱਕ ਦ੍ਰਿਸ਼ਟਾਂਤ ਦੇ ਕੇ ਕਬੀਰ ਸਾਹਿਬ ਜੀ ਸਮਝਾ ਰਹੇ ਹਨ ਆਪਾਂ ਨੂੰ ਵੀ ਦੇਖ ਵੀ ਕਮਲਿਆ ਮਨਾ, ਆਪਣੇ ਮਨ ਨੂੰ ਹੀ ਕਹਿਣਾ ਨਾ ਮਨ ਬੌਰਾ ਰੇ, ਕਮਲਿਆ ਮਨਾ ਦੇਖ ਲਾ। ਹਾਥੀ ਨੂੰ ਫੜਨ ਵਾਲੇ ਪਤਾ ਕੀ ਕਰਦੇ ਹੈ, ਇੱਕ ਵੱਡਾ ਸਾਰਾ ਟੋਆ ਪੁੱਟ ਲੈਂਦੇ ਹੈ ਜਿਹਦੇ ਵਿੱਚ ਹਾਥੀ ਡਿੱਗ ਸਕੇ, ਉੱਪਰ ਕੱਖਾਂ ਕਾਨਿਆਂ ਦੀ ਨਕਲੀ ਛੱਤ ਪਾ ਦਿੰਦੇ ਹੈ, ਉਹਦੇ ਉੱਪਰ ਹਥਨੀ ਦਾ ਮਾਡਲ ਬਣਾ ਕੇ ਖੜਾ ਦਿੰਦੇ ਹੈ। ਉਹ ਹਥਨੀ ਕਾਹਦੀ ਹੁੰਦੀ ਹੈ, ਕਲਬੂਤ ਹੁੰਦਾ ਹਥਨੀ ਦਾ, ਕਾਲਬੂਤ ਕੀ ਹਸਤਨੀ ਮੀਨ, ਉਹ ਹਥਨੀ ਦਾ ਮਾਡਲ ਹੁੰਦਾ, ਕੱਖਾਂ ਕਾਨਿਆਂ ਦੀ ਬਣਾਈ ਹੋਈ ਹੁੰਦੀ ਹੈ। ਕਾਲਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਇੱਦਾਂ ਜਿਸ ਤਰ੍ਹਾਂ ਕਿ ਹਾਥੀ ਨੂੰ ਫੜਨ ਵਾਲੇ ਵੱਡਾ ਟੋਆ ਪੁੱਟ ਕੇ ਉੱਪਰ ਨਕਲੀ ਛੱਤ ਪਾ ਕੇ ਉੱਪਰ ਕੱਖਾਂ ਕਾਨਿਆਂ ਦੀ ਨਕਲੀ ਹਥਨੀ ਬਣਾ ਕੇ ਖੜਾ ਦਿੰਦੇ ਹੈ, ਅਤੇ ਹਾਥੀ ਆਇਆ ਕਾਮ ਸੁਆਏ ਗੱਜ ਵਸ ਪਰੇ, ਕਾਮ ਦੇ ਚਸਕੇ ਦੇ ਕਾਰਨ ਹਾਥੀ ਹੈ ਜਿਹੜਾ ਉਹ ਟੋਏ ਵਿੱਚ ਆ ਕੇ ਡਿੱਗ ਪਿਆ। ਕਾਮ ਸੁਆਏ ਗਜ, ਗਜ ਦਾ ਅਰਥ ਵੀ ਹਾਥੀ, ਵਸ ਪਰੇ ਮਨ ਬੌਰਾ ਰੇ, ਦੇਖ ਲਿਆ ਕਮਲਿਆ ਮਨਾ, ਦੇਖ ਲਿਆ ਨਾ ਆਪਣੇ ਮਨ ਨੂੰ ਸਮਝਾਉਣਾ। ਗੁਰਬਾਣੀ ਦਾ ਗਿਆਨ ਹਾਥੀਆਂ ਵਾਸਤੇ ਨਹੀਂ, ਗੁਰਬਾਣੀ ਦੇ ਗਿਆਨ ਕਿਹਦੇ ਵਾਸਤੇ ਹੈ, ਮਨੁੱਖ ਵਾਸਤੇ, ਮਨੁੱਖ ਨੂੰ ਸਮਝਾਉਣ ਵਾਸਤੇ ਹਾਥੀ ਦੀ ਉਦਾਹਰਣ ਦਿੱਤੀ ਜਾ ਰਹੀ ਹੈ। ਕਹਿੰਦੇ ਕਾਮ ਸੁਆਏ ਗੱਜ ਵਸ ਪਰੇ ਮਨ ਬੌਰਾ ਰੇ, ਅੰਕ ਸਹਿਓ ਸੀਸ। ਫਿਰ ਸਾਰੀ ਉਮਰ ਉਸ ਹਾਥੀ 'ਤੇ ਮਹਾਵਤ ਦਾ ਲੋਹੇ ਦਾ ਕੁੰਡਾ ਲੱਗ ਗਿਆ ਨਾ, ਸਾਰੀ ਉਮਰ ਉਹ ਲੋਹੇ ਦੇ ਕੁੰਡੇ ਦਾ ਦੁੱਖ ਸਹਿਣਾ ਕੀਤਾ। ਬਸ ਇੱਦਾਂ ਹੀ ਇਹ ਜਗਤ ਦਾ ਤਮਾਸ਼ਾ ਹੈ, ਭਾਵ ਕੀ ਹੈ ਕਿ ਮਾਲਕ ਨੇ ਰਚਨਾ ਰਚੀ ਹੈ, ਇੱਕ ਤਮਾਸ਼ਾ ਰਚਿਆ। ਤੂੰ ਗੁਰੂ ਗਿਆਨ ਲੈ ਕੇ ਤਕੜਾ ਹੋ ਕੇ ਵਿਚਰਨਾ, ਅਤੇ ਤੂੰ ਵੀ ਕਿਤੇ ਵਿਸ਼ੇ ਵਿਕਾਰ ਦੇ ਟੋਏ 'ਚ ਨਾ ਡਿੱਗ ਪਈ ਕਮਲਿਆ ਮਨਾ, ਜਿਵੇਂ ਹਾਥੀ ਫਸ ਗਿਆ, ਦੇਖੀ ਕਿਤੇ ਇਸ ਕਮਜ਼ੋਰੀ 'ਚ ਕਿਤੇ ਫਸ ਨਾ ਜਾਈ। ਬੋਲੋ ਸਤਨਾਮ। ਇਸ਼ਾਰਾ ਦਿੱਤਾ ਆਪਾਂ ਨੂੰ, ਕਿਉਂਕਿ ਕਮਜ਼ੋਰੀ ਹੈ, ਇਸ ਕਮਜ਼ੋਰੀ 'ਚ ਤੂੰ ਵੀ ਕਿਤੇ ਖੂਹ ਖਾਤੇ ਨਾ ਡਿੱਗ ਪਵੀਂ, ਤੂੰ ਵੀ ਕਿਤੇ ਫਸ ਨਾ ਜਾਵੀਂ। ਇਹ ਮਾਲਕ ਨੇ ਇੱਕ ਤਮਾਸ਼ਾ ਰਚਿਆ, ਤਮਾਸ਼ਾ ਉਹ ਨਹੀਂ ਰਚਿਆ, ਅਤੇ ਤੂੰ ਗੁਰੂ ਗਿਆਨ ਲੈ ਕੇ ਤਕੜਾ ਹੋ ਕੇ ਬੁਰਾਈਆਂ ਦਾ ਟਾਕਰਾ ਕਰਨਾ, ਭਾਵ ਵੀ ਜਿਵੇਂ ਇਹ ਸੰਸਾਰ ਨੂੰ ਮੱਲ ਖੜਾ ਵੀ ਕਿਹਾ ਬਾਣੀ ਦੇ ਵਿੱਚ, ਹਾਂ ਗੁਸਾਈ ਦਾ ਪਹਿਲ ਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਸਿੰਝ ਇਕੱਠੀਆਂ, ਦਈ ਬੈਠਾ ਵੇਖੈ ਆਪ ਜੀਓ, ਬਾਤ ਵੱਜਣ ਟਮਕ ਭੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਇਹ ਇੱਕ ਤਮਾਸ਼ਾ ਰਚਿਆ ਮਾਲਕ ਨੇ, ਜਦੋਂ ਗੁਰੂ ਗਿਆਨ ਦੀ ਖੁਰਾਕ ਲੈ ਕੇ ਮੈਂ ਪਹਿਲਵਾਨ ਹੋ ਕੇ ਪੰਜਾਂ ਨੂੰ ਚਿੱਤ ਕਰਤਾ, ਨੇਤੇ ਪੰਜ ਜਵਾਨ ਮੈਂ, ਪੰਜਵੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਫਿਰ ਗੁਰੂ ਪਰਮੇਸ਼ਰ ਨੇ ਰੂਹਾਨੀ ਥਾਪੀ ਦਿੱਤੀ, ਕਹਿੰਦੇ ਵਾਹ ਵੀ ਪਹਿਲਵਾਨਾ, ਤੂੰ ਇਸ ਜਗਤ ਅਖਾੜੇ ਵਿੱਚ ਜਿੱਤ ਗਿਆ। ਬੋਲੋ ਸਤਨਾਮ। ਇਹ ਮਾਲਕ ਦਾ ਤਮਾਸ਼ਾ ਰਚਿਆ, ਇੱਕ ਮੱਲ ਅਖਾੜਾ ਰਚਿਆ ਹੋਇਆ ਸੰਸਾਰ, ਬੁਰਾਈਆਂ ਦਾ ਟਾਕਰਾ ਕਰਨਾ ਹੈ ਅਸੀਂ, ਗੁਰੂ ਗਿਆਨ ਦੀ ਖੁਰਾਕ ਲੈ ਕੇ, ਹਰਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਭਈ, ਗੁਰੂ ਗਿਆਨ ਰਾਹੀਂ ਤ੍ਰਿਪਤ ਹੋ ਕੇ ਅਸੀਂ ਵਿਸ਼ੇ ਵਿਕਾਰਾਂ ਦਾ ਟਾਕਰਾ ਕਰਨਾ ਹੈ, ਅਤੇ ਕਮਲਿਆ ਮਨਾ ਕਿਤੇ ਖੂਹ ਖਾਤੇ ਨਾ ਡਿੱਗ ਪਈ। ਹਾਥੀ ਵਾਲਾ ਭਾਵ ਕਿ ਵਾਸ਼ਨਾ ਵਾਲਾ ਜੀਵਨ ਨਾ ਜਿਵੀਂ, ਮਨੁੱਖਾ ਜਨਮ 'ਚ ਆ ਗਿਆ ਨਾ ਬੰਦਾ ਬਣ, ਹਾਥੀ ਤਰਾਣੀ ਜਮੀਂਦਾ ਹੁੰਦਾ, ਕੀ ਅਸ਼ਲੀਲ ਤਸਵੀਰਾਂ ਵੇਖਦਾ ਰਹਿਣਾ, ਕੀ ਪਿਕਚਰਾਂ ਵੇਖਦਾ ਰਹਿਣਾ, ਕੀ ਲੱਚਰ ਨਾਵਲ ਪੜ੍ਹਦਾ ਰਹਿਣਾ, ਕੀ ਤੇਰੇ ਅੰਦਰ ਗੰਦੇ ਖਿਆਲ ਚੱਲਦੇ ਰਹਿੰਦੇ ਹੈ, ਇਹ ਛੱਡਦੇ ਹਾਥੀ ਵਾਲੀ ਗੰਦੀ ਵਰਤੀ। ਪਹਿਲੇ ਪ੍ਰਮਾਣ ਤੋਂ ਆਪਾਂ ਨੂੰ ਇਸ਼ਾਰਾ ਮਿਲ ਗਿਆ ਵੀ ਆਪਣੇ ਅੰਦਰ ਨੂੰ ਮਜ਼ਬੂਤ ਕਰ, ਇੱਕ ਕਮਜ਼ੋਰੀ ਨੂੰ ਦੂਰ ਕਰ। ਫਿਰ ਹਾਉ ਦੀ ਪੰਗਤੀ ਹੈ, ਵਿਖੈ ਵਾਚ ਹਰ ਰਾਚ ਸਮਝ ਮਨ ਬੌਰਾ ਰੇ, ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ, ਗਾਹਿਓ ਨਾ ਰਾਮ ਜਹਾਜ ਰਹਾਓ। ਵਿਖੈ ਵਾਚ ਮਨਾ ਵਿਸ਼ੇ ਵਿਕਾਰਾਂ ਤੋਂ ਬਚ, ਵਿਖੈ ਵਾਚ ਹਰ ਰਾਚ ਸਮਝ ਮਨ ਬੌਰਾ ਰੇ, ਕਮਲਿਆ ਮਨਾ ਸਮਝ ਅਕਲ ਕਰ,
ਵਿਸ਼ੇ ਵਿਕਾਰਾਂ ਤੋਂ ਬਚ ਵਿਖੈ ਬਾਚ ਹਰ ਰਾਚ ਹਰੀ ਪਰਮੇਸ਼ਰ ਦੇ ਵਿੱਚ ਲੀਨ ਹੋ ਆਪਣੇ ਮਾਲਕ ਨਾਲ ਜੁੜ ਵਿਸ਼ੇ ਵਿਕਾਰਾਂ ਤੋਂ ਬਚ ਕਮਲਿਆ ਮਨਾ ਕੁਛ ਅਕਲ ਕਰ ਸਮਝ ਕਰ ਤੈਨੂੰ ਮਾਨਸ ਦੇ ਹੀ ਮਿਲ ਗਈ ਅਤੇ ਕਰਨੀ ਕਰਕੇ ਵੀ ਬੰਦਾ ਬਣ ਕਰਨੀ ਕਰਕੇ ਬੰਦਾ ਬੰਦਾ ਬੀਨ ਆਪਣਾ ਮਾਨਸ ਦੇ ਹੀ ਸਾਰੇ ਭੈਣ ਭਰਾ ਬੰਦਿਆਂ 'ਚ ਹੀ ਆ ਜਾਂਦੇ ਹੈ ਅਤੇ ਬੰਦਾ ਕੌਣ ਹੈ ਇਹ ਵੀ ਬਾਣੀ 'ਚ ਪ੍ਰਮਾਣ ਲੈ ਲਓ ਵੀ ਬੰਦਾ ਬਣ ਕਿਵੇਂ ਹੁਕਮ ਪਛਾਣ ਹੈ ਸੋ ਇੱਕੋ ਜਾਣਾ ਹੈ ਬੰਦਾ ਕਹੀਏ ਸੋਈ ਬੰਦਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਮਾਲਕ ਦੇ ਹੁਕਮ ਦੀ ਪਛਾਣ ਕਰੇ ਹੁਕਮ ਕੀ ਹੈ ਸਿਮਰ ਗੋਬਿੰਦ ਮਨ ਤਨ ਧੁਰ ਲਿਖਿਆ ਧੁਰ ਲਿਖਿਆ ਹੁਕਮ ਆ ਗਿਆ ਤੇਰੇ ਨਾਲ ਵੀ ਆਪਣੇ ਮਾਲਕ ਨੂੰ ਚੇਤੇ ਵਿੱਚ ਰੱਖ ਆਪਣੇ ਮਾਲਕ ਨਾਲ ਜੁੜ ਕਿਉਂਕਿ ਭਈ ਪ੍ਰਾਪਤ ਮਾਨੁੱਖ ਦਿਓਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਆ ਪਛਾਣ ਹੁਕਮ ਨੂੰ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਕਮ ਪਛਾਣਿਆ ਸੋ ਇੱਕੋ ਜਾਣਾ ਇੱਕੋ ਆਪਣੇ ਮਾਲਕ ਪਰਮੇਸ਼ਰ ਨਾਲ ਸਾਂਝ ਪਾਵੇ ਬੰਦਾ ਕਹੀਏ ਸੋ ਉਸ ਨੂੰ ਬੰਦਾ ਕਿਹਾ ਜਾ ਸਕਦਾ ਹੈ ਸੋ ਮਨਾ ਅਕਲ ਕਰ ਬੰਦਾ ਬਣ ਬੰਦਾ ਕਹੀਏ ਸੋਈ ਬੰਦਾ ਕਹੀਏ ਸੈਟਿੰਗ ਕਰੋ ਪਿਆਰੇ ਸਾਊਂਡ ਦੀ ਤੁਹਾਡੇ ਗੜਬੜ ਹੈ ਸਾਰੀ ਹਾਂਜੀ ਇਸ ਨੁਕਤੇ ਨੂੰ ਵੀ ਆਪਾਂ ਦ੍ਰਿੜ ਕਰ ਲਿਆ ਸੋ ਫਿਰ ਰਹਾਓ ਦਾ ਪਦ ਫਿਰ ਪੜ੍ਹ ਲਓ ਦੁਬਾਰੇ ਵਿਖੈ ਵਾਚ ਹਰ ਰਾਚ ਸਮਝ ਮਨ ਬੌਰਾਰੇ ਉਹ ਕਮਲਿਆ ਮਨਾ ਅਕਲ ਕਰ ਵਿਸ਼ੇ ਵਿਕਾਰਾਂ ਤੋਂ ਬਚ ਹਰੀ ਪਰਮੇਸ਼ਰ ਦੇ ਵਿੱਚ ਲੀਨ ਹੋ ਸਮਝ ਮਨ ਬੌਰਾਰੇ ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾਰੇ ਉਹ ਕਮਲਿਆ ਮਨਾ ਨਿਰਭਉ ਹੋ ਕੇ ਹਰੀ ਪਰਮੇਸ਼ਰ ਨੂੰ ਕਿਉਂ ਨਹੀਂ ਯਾਦ ਕਰਦਾ ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾਰੇ ਨਿਰਭੈ ਹੋਏ ਦਾ ਭਾਵ ਅਰਥ ਸਮਝਦੇ ਹੋ ਵੀ ਮਾੜੇ ਕੰਮਾਂ ਨੂੰ ਛੱਡ ਕੇ ਨਿਰਭਉ ਕੌਣ ਹੁੰਦਾ ਜਿਹਨੇ ਬੁਰਾਈਆਂ ਛੱਡਤੀਆਂ ਜਿਹੜਾ ਬੁਰਾ ਕੰਮ ਕਰਦਾ ਉਹਨੂੰ ਬੁਰਾਈ ਡਰਾਉਂਦੀ ਰਹਿੰਦੀ ਹੈ ਉਹ ਨਿਰਭਉ ਹੋ ਸਕਦਾ ਜਿਵੇਂ ਮੰਨ ਲਓ ਅੱਜ ਬੁਰਾ ਕੰਮ ਕੀਤਾ ਅੱਜ ਹੀ ਰਾਤ ਨੂੰ ਨੀਂਦ ਨਹੀਂ ਆਈ ਅੱਜ ਹੀ ਭੁੱਖ ਨਹੀਂ ਲੱਗੀ ਅੱਜ ਹੀ ਪੁਲਿਸ ਦੇ ਡੰਗ ਵਾਲਿਆਂ ਦੇ ਖਿਆਲ ਆਉਂਦੇ ਰਹੇ ਡਰ ਜਿਹਾ ਲੱਗਦਾ ਰਿਹਾ ਹੌਲ ਜਿਹੇ ਪੈਂਦੇ ਰਹੇ ਕਿਉਂ ਕਿਉਂਕਿ ਬੁਰਾਈ ਹੀ ਭੂਤ ਬਣ ਕੇ ਚੁੰਬੜੀ ਰਹਿੰਦੀ ਹੈ ਬੋਲੋ ਸਤਨਾਮ ਕਰਤ ਬੁਰਾਈ ਮਾਨੁੱਖ ਅਤੇ ਛਪਾਈ ਸਾਖੀ ਭੂਤ ਭਵਾਨ ਤੇਰੀ ਕੀਤੀ ਬੁਰਾਈ ਤੈਨੂੰ ਭੂਤ ਬਣ ਕੇ ਚੁੰਬੜੀ ਰਹਿੰਦੀ ਹੈ ਸੋ ਜੇ ਚਾਹੁੰਦਾ ਹੈ ਮੈਂ ਡਰ ਰਹਿਤ ਹੋ ਜਾਵਾਂ ਮਾੜੇ ਕੰਮ ਛੱਡ ਦੇ ਜਿਹਨੇ ਬੁਰਾਈਆਂ ਛੱਡ ਦਿੱਤੀਆਂ ਉਹਨੇ ਸਾਰੇ ਡਰ ਵੀ ਸੁੱਟ ਦਿੱਤੇ ਹਰ ਵੇਖੈ ਸੁਣੈ ਨਿੱਤ ਸਭ ਕੁਛ ਮੇਰੀ ਜਿੰਦੜੀਏ ਸੋ ਡਰੈ ਜਿਨ ਪਾਪਕ ਮੱਤੇ ਰਾਮ ਜਿਹੜੇ ਮਾੜੇ ਕੰਮ ਕਰਦੇ ਹੈ ਉਹ ਤਾਂ ਡਰਦੀ ਰਹਿੰਦੇ ਉਹ ਤਾਂ ਹੌਲ ਪੈਂਦੀ ਰਹਿੰਦੇ ਉਹਨਾਂ ਨੂੰ ਤਾਂ ਹੁਣ ਤਾਂ ਨੀਂਦ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਡੰਗ ਵਾਲਿਆਂ ਦੇ ਖਿਆਲ ਆਉਂਦੇ ਰਹਿੰਦੇ ਹੈ ਸੋ ਕੀ ਲਿਖਿਆ ਹੈ ਬਾਣੀ ਵਿੱਚ ਵੀ ਨਿਰਭੈ ਹੋ ਹਰ ਵੇਖਿਆ ਸੁਣਿਆ ਨਿੱਤ ਸਭ ਕੁਛ ਮੇਰੀ ਜਿੰਦੜੀਏ ਸੋ ਡਰੈ ਜਿਨ ਪਾਪ ਕਮੱਤੇ ਰਾਮ ਜਿਨ ਅੰਤਰ ਹਿਰਦਾ ਸ਼ੁੱਧ ਹੈ ਮੇਰੀ ਜਿੰਦੜੀਏ ਤਿੰਨ ਸਭ ਡਰ ਸੁੱਟ ਕੱਤੇ ਰਾਮ ਜਿਹਦਾ ਗੁਰਬਾਣੀ ਗਿਆਨ ਰਾਹੀਂ ਅੰਦਰ ਸ਼ੁੱਧ ਹੋ ਗਿਆ ਉਹਨੇ ਸਾਰੇ ਡਰ ਸੁੱਟ ਕੱਤੇ ਉਹਨੂੰ ਕਦੇ ਵੀ ਕੋਈ ਡਰ ਨਹੀਂ ਲੱਗਦਾ ਉਹ ਨਿਰਭੈ ਹੋ ਗਿਆ ਜਿਹਨੇ ਮਾੜੇ ਕੰਮ ਛੱਡ ਦਿੱਤੇ ਸੋ ਇਸ ਤਰ੍ਹਾਂ ਮਨਾ ਨਿਰਭੈ ਹੋ ਕੇ
ਬੁਰਾਈਆਂ ਛੱਡ ਕੇ ਹਰੀ ਪਰਮੇਸ਼ਰ ਨੂੰ ਯਾਦ ਕਿਉਂ ਨਹੀਂ ਕਰਦਾ? ਕਰਿਆ ਕਰ। ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾਰੇ, ਗਾਹਿਓ ਨਾ ਰਾਮ ਜਹਾਜ਼ ਰਹਾਓ। ਸਰਬ ਵਿਆਪਕ ਪਰਮੇਸ਼ਰ ਦੇ ਨਾਮ ਜਹਾਜ਼ 'ਤੇ ਕਿਉਂ ਨਹੀਂ ਚੜ੍ਹਦਾ? ਨਾਮ ਜਹਾਜ਼ 'ਤੇ ਕਿਵੇਂ ਚੜ੍ਹਿਆ ਜਾਂਦਾ? ਬਾਣੀ ਤੋਂ ਫੈਸਲਾ ਲੈ ਲਓ। ਸਤਿਗੁਰ ਬੋਹਿਥ ਹਰ ਨਾਭ ਹੈ, ਕਿਤ ਵਿਧ ਚੜ੍ਹਿਆ ਜਾਏ। ਸਤਿਗੁਰ ਕਹਿ ਭਾਣੇ ਜੋ ਚੱਲੈ, ਵਿੱਚ ਬੋਹਿਥ ਬੈਠਾ ਆਈ। ਕਹਿੰਦੇ ਜੋ ਸਤਿਗੁਰੂ ਨਾਮ ਦਾ ਜਹਾਜ਼ ਹੈ, ਸਤਿਗੁਰ ਬੋਹਿਥ ਹਰ ਨਾਮ ਹੈ, ਕਿਤ ਵਿਧ ਚੜ੍ਹਿਆ ਜਾਏ। ਨਾਮ ਦੇ ਜਹਾਜ਼ 'ਤੇ ਕਿਹੜੀ ਵਿਧੀ ਨਾਲ ਚੜ੍ਹਿਆ ਜਾਂਦਾ? ਸਤਿਗੁਰ ਕਹਿ ਭਾਣੇ ਜੋ ਚੱਲੈ, ਜੋ ਸਤਿਗੁਰ ਸੱਚੇ ਗਿਆਨ ਰੱਬੀ ਬਾਣੀ ਦੀ ਆਗਿਆ ਵਿੱਚ ਚੱਲਦੇ ਹੈ। ਸਤਿਗੁਰ ਕਹਿ ਭਾਣੇ ਜੋ ਚੱਲੈ, ਵਿੱਚ ਬੋਹਿਥ ਬੈਠਾ ਆਏ। ਉਹ ਸਮਝ ਲਓ ਸਤਿਗੁਰੂ ਦੇ ਨਾਮ ਜਹਾਜ਼ ਵਿੱਚ ਚੜ੍ਹ ਬੈਠਾ ਜਿਹੜਾ ਗੁਰੂ ਦੀ ਆਗਿਆ ਵਿੱਚ ਆ ਗਿਆ। ਗੁਰਬਾਣੀ ਦੇ ਗਿਆਨ ਮੁਤਾਬਕ ਜਿਉਣਾ ਹੀ ਨਾਮ ਜਹਾਜ਼ ਵਿੱਚ ਸਵਾਰ ਹੋ ਕੇ ਜਿਉਣਾ ਹੈ। ਬੋਲੋ ਸਤਨਾਮ। ਸਤਿਗੁਰ ਕਹਿ ਭਾਣੇ ਜੋ ਚੱਲੈ, ਵਿੱਚ ਬੋਹਿਥ ਬੈਠਾ ਆਏ। ਇੱਦਾਂ ਨਾਮ ਜਹਾਜ਼ 'ਤੇ ਸਵਾਰ ਹੋ ਕੇ ਭਾਵ ਕਿ ਸੱਚੇ ਗਿਆਨ ਦੇ ਮੁਤਾਬਕ ਜੀਵਨ ਜਿਉਂਦਾ ਹੋਇਆ ਇਹ ਜੀਵਨ ਸਫਲ ਕਰ। ਸੋ ਇੱਦਾਂ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜਿਉਣਾ ਸੌਖੇ ਢੰਗ ਨਾਲ ਕਹਿ ਲਓ। ਨਾਮ ਜਹਾਜ਼ 'ਤੇ ਚੜ੍ਹਨ ਦਾ ਭਾਵ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਣਾ, ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜਿਉਣਾ ਹੈ। ਇੱਦਾਂ ਨਾਮ ਜਹਾਜ਼ 'ਤੇ ਸਵਾਰ ਹੋ। ਸੋ ਇੰਨੀ ਗੱਲ ਆਪਾਂ ਸਮਝ ਲਈ। ਸੋ ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ, ਗਾਹਿਓ ਨਾ ਰਾਮ ਜਹਾਜ਼ ਰਹਾਓ। ਅਗਲੀ ਪੰਕਤੀ। ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਆ, ਮਨ ਬੌਰਾ ਰੇ ਨਾਚਿਓ ਘਰ ਘਰ ਬਾਰ। ਅਗਲੀ ਉਦਾਹਰਨ ਦਿੱਤੀ ਹੈ ਕਿ ਦੇਖ ਵੀ ਕਮਲਿਆ ਮਨਾ, ਬਾਂਦਰ ਨੂੰ ਫੜਨ ਵਾਲੇ ਪਤਾ ਕੀ ਕਰਦੇ ਹੈ? ਮਾਰਕਟ, ਮਾਰਕਟ ਕਹਿੰਦੇ ਆ ਬਾਂਦਰ ਨੂੰ। ਮਾਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ। ਬਾਂਦਰ ਨੂੰ ਫੜਨ ਵਾਲੇ ਕੀ ਕਰਦੇ ਹੈ? ਇੱਕ ਭੀੜੇ ਮੂੰਹ ਵਾਲੇ ਕੁੱਜੇ ਦੇ ਵਿੱਚ ਖਿੱਲਾਂ ਅਤੇ ਮਖਾਣੇ ਪਾ ਲੈਂਦੇ ਹੈ, ਅਨਾਜ ਕਹਿ ਲਓ, ਖਿੱਲਾਂ ਮਖਾਣੇ ਖਾਣ ਵਾਲੀ ਚੀਜ਼। ਉਹ ਕੀ ਕਰਦੇ ਆ? ਕੁੱਜੇ ਨੂੰ ਧਰਤੀ ਵਿੱਚ ਗੱਡ ਦਿੰਦੇ ਹੈ। ਧਰਤੀ ਵਿੱਚ ਕੁੱਜਾ ਗੱਡ ਦਿੱਤਾ, ਬਾਂਦਰ ਆਇਆ, ਜਦੋਂ ਉਹਨੇ ਵੇਖਿਆ ਵੀ ਖਿੱਲਾਂ ਮਖਾਣੇ, ਉਹਦੀ ਪਕੜ ਬਣ ਗਈ। ਕੀ ਕੀਤਾ? ਖਾਲੀ ਹੱਥ ਪਾ ਲਿਆ ਬਾਂਦਰ ਨੇ, ਖਾਲੀ ਹੱਥ ਪੈ ਗਿਆ ਭੀੜੇ ਮੂੰਹ ਵਾਲਾ ਕੁੱਜਾ। ਕੁੱਜੇ ਵਿੱਚ ਹੱਥ ਪਾ ਕੇ ਕੀ ਕੀਤਾ? ਹੁਣ ਪੜ੍ਹੋ ਬਾਣੀ। ਮਰਕਟ ਮੁਸਤੀ ਅਨਾਜ ਕੀ, ਬਾਂਦਰ ਨੇ ਉਹ ਕੁੱਜੇ ਵਿਚਲੇ ਅਨਾਜ ਦੀ ਮੁੱਠੀ ਭਰ ਲਈ। ਮਰਕਟ ਮੁਸਤੀ ਮੀਨ ਮੁੱਠੀ, ਅਨਾਜ ਕੀ ਕਿਵੇਂ ਭਰੀ? ਲੀਨੀ ਹੱਥ ਪਸਾਰ, ਐਂ ਪੂਰਾ ਹੱਥ ਖੋਲ੍ਹ ਕੇ ਕਹਿ ਲਓ, ਪਸਾਰ ਕੇ ਐਂ ਪੂਰੀ ਮੁੱਠੀ ਭਰ ਲਈ। ਲਾਲਚੀ ਵਰਤੀ ਹੋ ਗਈ ਨਾ ਵੀ ਵੱਧ ਤੋਂ ਵੱਧ ਕੱਢ ਲਾਂ ਕਿਨਾ। ਹੁਣ ਜਿਸ ਵੇਲੇ ਹੱਥ ਨੂੰ ਪਸਾਰ ਕੇ ਮੁੱਠੀ ਭਰ ਲਈ, ਭਰਿਆ ਹੱਥ ਬਾਹਰ ਨਹੀਂ ਨਿਕਲਦਾ, ਫਸ ਗਿਆ ਬਾਂਦਰ। ਹੁਣ ਬਾਂਦਰ ਚੀਕਾਂ ਮਾਰਦਾ ਹੈ ਆਪਣੀ ਬੋਲੀ ਵਿੱਚ, ਆਪਣੇ ਬਾਂਦਰ ਭਰਾਵਾਂ ਨੂੰ ਕੀ ਕਹਿੰਦਾ ਹੋਣਾ? ਵੀ ਛੁਡਾਓ ਛੁਡਾਓ ਮੈਨੂੰ, ਕੁੱਜੇ ਨੇ ਫੜ ਲਿਆ। ਪਰ ਬਾਂਦਰ ਨੂੰ ਕੌਣ ਸਮਝਾਵੇ? ਬਾਂਦਰਾ ਤੈਨੂੰ ਕੁੱਜੇ ਨੇ ਨਹੀਂ ਫੜਿਆ, ਤੈਂ ਕੁੱਜੇ ਨੂੰ ਫੜਿਆ। ਬਾਂਦਰਾ ਮੁੱਠੀ ਖੋਲ੍ਹਦੇ ਉੱਡ ਜਾ, ਪਰ ਮੁੱਠੀ ਬਾਂਦਰਾ ਖੋਲ੍ਹਦਾ ਨਹੀਂ, ਕਿਉਂ ਖਿੱਲਾਂ ਜਾਂਦੀਆਂ ਅਤੇ ਭਰਿਆ ਹੱਥ ਬਾਹਰ ਨਿਕਲਦਾ ਨਹੀਂ, ਚੀਕਾਂ ਮਾਰੀ ਜਾਂਦਾ। ਬੋਲੋ ਸਤਨਾਮ। ਇਹੀ ਹਾਲਤ ਹੈ, ਭਾਵ ਕਿ ਲਾਲਚ ਵਿੱਚ ਮਨੁੱਖ ਇਹੀ ਹੈ, ਬਸ ਫਸਿਆ, ਚੀਕਾਂ ਮਾਰੀ ਜਾਂਦਾ, ਦੁਖੀ ਹੋਈ ਜਾਂਦਾ, ਲਾਲਚੀ ਬਿਰਤੀ ਛੱਡਦਾ ਨਹੀਂ। ਬਾਂਦਰ ਵਾਲੀ ਹਾਲਤ ਹੈ, ਬਾਂਦਰ ਵਾਲੀ ਹਾਲਤ ਹੈ, ਫਸਿਆ। ਸੋ ਇੱਦਾਂ ਬਾਂਦਰ ਲਾਲਚੀ ਬਿਰਤੀ 'ਚ ਫਸਿਆ ਹੋਇਆ ਹੈ। ਬਾਂਦਰ ਦੀ ਪਕੜ ਹੀ ਬੰਧਨ ਦਾ ਕਾਰਨ ਬਣ ਗਈ। ਬੰਧਨ ਕੀ ਹੁੰਦਾ? ਪਕੜ, ਅਟੈਚਮੈਂਟ, ਖਿੱਲਾਂ 'ਤੇ ਪਕੜ ਅਤੇ ਕੁੱਜਾ ਬੰਧਨ। ਅਤੇ ਜਿਹਨੇ ਲਾਲਚੀ ਬਿਰਤੀ ਛੱਡ ਦਿੱਤੀ, ਉਹਦੇ ਬੰਧਨ ਵੀ ਖੁੱਲ੍ਹ ਗਏ, ਜਿਉਂਦੇ ਮੁਕਤ ਹੋ ਗਏ। ਇਸ ਨੂੰ ਕਿਹਾ ਜਾਂਦਾ ਕਪਾਟ ਖੁੱਲ੍ਹ ਗਏ। ਬੋਲੋ ਸਤਨਾਮ। ਫਜ਼ੂਲ ਦੀਆਂ ਆਸ਼ਾਵਾਂ ਹੀ ਖਤਮ ਹੋ ਗਈਆਂ। ਕਪਾਟ ਕੀ ਸੀ? ਆਸ ਅੰਦੇਸਾ ਦੋਏ ਪੱਟ ਜੜੇ। ਆਸਾਂ, ਫਜ਼ੂਲ ਦੀਆਂ ਆਸ਼ਾਵਾਂ, ਅਤੇ ਉਹਨਾਂ ਦੇ ਪੂਰਾ ਹੋਣ ਦਾ ਫਿਕਰ ਅੰਦੇਸ਼ਾ, ਅਤੇ ਜਿਹਦੀਆਂ ਫਜ਼ੂਲ ਜੀਆਂ ਆਸ਼ਾਵਾਂ ਮੁੱਕ ਗਈਆਂ ਅਤੇ ਆਸ਼ਾਵਾਂ ਦੇ ਨਾਲ ਹੀ ਫਿਕਰ ਮੁੱਕ ਗਏ। ਇਸ ਨੂੰ ਕਹਿੰਦਾ ਗੁਰੂ ਦੇ ਗਿਆਨ ਨੇ ਅੰਦਰ ਦੇ ਕਪਾਟ ਖੋਲ੍ਹਤੇ। ਬੋਲੋ ਸਤਨਾਮ। ਉਹ ਤਖ਼ਤੇ ਕਿਹੜਾ ਕੁਛ ਸਥੂਲ ਲੱਗੇ? ਆਸਾ ਅਤੇ ਅੰਦੇਸਾ ਹੀ ਤਖ਼ਤੇ ਆ। ਬਾਣੀ ਦਾ ਅਰਥ ਬਾਣੀ 'ਚੋਂ ਸਮਝਣਾ ਹੁੰਦਾ ਨਾ। ਹਾਂਜੀ। ਮਾਇਆ ਜਲ ਖਾਈ ਪਾਣੀ ਘਰ ਬੰਧਿਆ, ਸੱਤ ਕੈ ਆਸਨ ਪੁਰਖ ਰਹੇ। ਉੱਥੇ ਜਾ ਕੇ ਫਿਰ ਉਹ ਅਵਸਥਾ ਬਣਦੀ ਹੈ ਕਰਮ ਜੋਹਰ ਦੇਵਾਂ। ਇਹ ਰੂਹਾਨੀ ਗੱਲ ਹੈ ਕਿ ਜਿੱਥੇ ਫਜ਼ੂਲ ਦੀਆਂ ਆਸ਼ਾਵਾਂ ਮੁੱਕ ਗਈਆਂ, ਉੱਥੇ ਇੱਕ ਸੱਚੀ ਆਸ ਪੈਦਾ ਹੋ ਗਈ। ਇੱਕ ਸੱਚੀ ਆਸ ਇੱਕੋ ਹੀ ਹੈ, ਕਿਹੜੀ? ਦਰਸ਼ ਤੇਰੇ ਕੀ ਬਣ ਗਿਆ ਅੰਦਰ? ਵੀ ਮਾਲਕ ਜੀ ਕੁਝ ਨਹੀਂ ਚਾਹੀਦਾ, ਤੇਰੇ ਦਰਸ਼ਨਾਂ ਦੀ ਇੱਛਾ ਹੈ। ਬੋਲੋ ਸਤਨਾਮ। ਹੈ ਕੁਛ ਨਹੀਂ ਚਾਹੀਦਾ, ਇਹ ਬਣ ਜੇ ਕਿਤੇ।
ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦਰਸ਼ਨ ਦੇਖੇ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਵਸੈ ਬੈਰਾਗੀ ਪੜ੍ਹ ਲਓ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਮਨਾ ਲਾਲਚੀ ਵਿਰਤੀਆਂ ਛੱਡਦੇ ਫਜੂਲ ਦੀਆਂ ਆਸ਼ਾਵਾਂ ਛੱਡਦੇ ਐਵੇਂ ਬਾਂਦਰਾਂ ਨੂੰ ਚੀਕਾਂ ਮਾਰਦਾ ਹੱਥ ਫਸਾਈ ਫਿਰਦਾ ਸੋ ਇਹ ਬਾਂਦਰ ਦੀ ਉਦਾਹਰਨ ਦੇ ਕੇ ਆਪਾਂ ਨੂੰ ਗੱਲ ਸਮਝਾਤੀ ਮਾਰਕਟ ਮੁਸਤੀ ਅਨਾਜ ਕੀ ਮਨ ਬੌਰਾਰੇ ਲੀਨੀ ਹੱਥ ਪਸਾਰ ਛੂਟਣ ਕੋ ਸਹਿਸਾ ਪਰਿਆ ਮਨ ਬੌਰਾਰੇ ਨਾਚਿਓ ਘਰ ਘਰ ਬਾਹਰ ਫਿਰ ਬਾਂਦਰ ਨੂੰ ਇਹ ਸਹਿਸਾ ਪੈ ਗਿਆ ਫਿਕਰ ਪੈ ਗਿਆ ਵੀ ਹੁਣ ਖਹਿੜਾ ਕਿਵੇਂ ਛੁੱਟੇ ਸੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਵਾਰ ਫਿਰ ਬਾਂਦਰ ਘਰ ਘਰ ਨੱਚਦਾ ਫਿਰਦਾ ਮਦਾਰੀ ਆ ਕੇ ਉਹਨੂੰ ਕਾਬੂ ਕਰ ਲੈਂਦਾ ਅਤੇ ਘਰ ਘਰ ਨੱਚਦਾ ਫਿਰਦਾ ਭਾਵ ਕਿ ਜਲੂਸ ਨਿਕਲਦਾ ਫਿਰਦਾ ਸੋ ਦੋ ਤੀਜੀ ਉਦਾਹਰਨ ਦਿੱਤੀ ਹੈ ਜਿਉ ਨਲਨੀ ਸੂਟਾਂ ਗਹਿਓ ਮਨ ਬੌਰਾ ਰੇ ਮਾਇਆ ਇਹ ਵਿਵਹਾਰ ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ ਤਿਉਂ ਪਸਰਿਓ ਪਾਸਾਰ ਕਹਿੰਦੇ ਵੇਖ ਵੀ ਮਨਾ ਹੁਣ ਤੋਤੇ ਦੀ ਉਦਾਹਰਨ ਦੇ ਕੇ ਸਮਝਾਉਂਦੇ ਨੇ ਮਨੁੱਖ ਨੂੰ ਜਿਉਂ ਨਲਨੀ ਸੂਟਾਂ ਗਹੇ ਉਹ ਮਨ ਬੌਰਾ ਰੇ ਦੇਖ ਵੀ ਕਮਲਿਆ ਮਨਾ ਤੋਤੇ ਨੂੰ ਫੜਨ ਵਾਲੇ ਪਤਾ ਕੀ ਕਰਦੇ ਹੈ ਇੱਕ ਕੁੜਿੱਕੀ ਬਣਾ ਲੈਂਦੇ ਹੈ ਕੁੜਿੱਕੀ ਬਣਾ ਲੈਂਦੇ ਆ ਤੋਤੇ ਨੂੰ ਫੜਨ ਵਾਲੇ ਸ਼ਿਕਾਰੀ ਲੋਕ ਉਹ ਦੋ ਜਾਣੀ ਕਿ ਲੱਕੜਾਂ ਜਿਹੀਆਂ ਗੱਢ ਕੇ ਨਾ ਉਹਦੇ ਜਾਣੀ ਕਿ ਵਿਚਕਾਰ ਕੀ ਕਰਦੇ ਇੱਕ ਲੱਕੜ ਦਾ ਛੋਟਾ ਜਿਹਾ ਪਿਆਲਾ ਅਜਿਹਾ ਫਿੱਟ ਕਰ ਦਿੰਦੇ ਹੈ ਉਹਦੇ ਉੱਤੇ ਨਲਕੀ ਲਾ ਦਿੰਦੇ ਹੈ ਜਿਹੜੀ ਹੌਲੀ ਜਿਹੜੀ ਤੋਤੇ ਦੇ ਭਾਰ ਨਾਲ ਝੁੱਕ ਸਕੇ ਉਹ ਲੱਕੜ ਦੇ ਪਿਆਲੇ ਦੇ ਵਿੱਚ ਚੋਗਾ ਪਾ ਦਿੰਦੇ ਹੈ ਉਹਦੇ ਥੱਲੇ ਪਾਣੀ ਦਾ ਵੱਡਾ ਭਾਂਡਾ ਭਰ ਕੇ ਰੱਖ ਦਿੰਦੇ ਹੈ ਇਹ ਜੋ ਤੁਸੀਂ ਫੜਨ ਦੀ ਤੋਤੇ ਨੂੰ ਦੱਸਣਾ ਪੈਂਦਾ
ਤੋਤਾ ਚੋਗਾ ਦੇਖ ਕੇ ਆ ਬੈਠਾ ਨਲਕੀ 'ਤੇ, ਨਲਕੀ ਉਲਟ ਜਾਂਦੀ, ਉਹ ਥੱਲੇ ਪਾਣੀ ਦਿਖਦਾ ਤੋਤੇ ਨੂੰ ਵੀ ਹਾਏ ਸਮੁੰਦਰ 'ਚ ਡੁੱਬ ਕੇ ਮਰ ਜੂੰ, ਉਹਨੂੰ ਕੀ ਲੱਗਦਾ ਵੀ ਮਰ ਜੂੰ, ਉਹ ਕੀ ਕਰਦਾ ਫਿਰ ਆਪਣੇ ਉਹਨੂੰ ਕੀ ਕਹਾਂਗੇ ਪੰਜਾ ਕਹਾਂਗੇ, ਪੰਜਾ ਲੱਖ ਸਮਝਦੇ ਹੋ ਨਾ, ਤੋਤਾ ਆਪਣੇ ਪੰਜੇ ਦੇ ਨਾਲ ਉਹ ਨਲਕੀ ਨੂੰ ਫੜ ਕੇ ਰੱਖਦਾ ਵੀ ਨਹੀਂ ਤਾਂ ਡੁੱਬ ਕੇ ਮਰ ਜੂੰ, ਭਾਵ ਉਹ ਸਮਝਦੇ ਨਲਕੀ ਮੈਨੂੰ ਬਚਾਊ, ਪਰ ਉਹਨੂੰ ਕੌਣ ਸਮਝਾਵੇ ਨਲਕੀ ਦੀ ਪਕੜ ਤੈਨੂੰ ਮਰਵਾਊ, ਉਹ ਛੱਡਦਾ ਨਹੀਂ ਅਤੇ ਆ ਕੇ ਉਹਨੂੰ ਸ਼ਿਕਾਰੀ ਫੜ ਲੈਂਦਾ, ਭਾਵ ਕੀ ਹੈ ਅੱਗੇ ਕੀ ਲਿਖਿਆ ਮਾਇਆ ਇਹੋ ਵਿਵਹਾਰ, ਵੀ ਮਾਇਆ ਦਾ ਐਸਾ ਹੀ ਵਿਵਹਾਰ ਹੈ, ਭਾਵ ਇਹ ਕੁੜਕੀ ਹੈ, ਜਿੰਨੀ ਇਹਦੀ ਪਕੜ ਕਰੇਗਾ ਫਸ ਜਾਏਗਾ, ਬੋਲੋ ਸਤਨਾਮ, ਉਹ ਫਸ ਜਾਏਗਾ ਕੁੜਕੀ 'ਚ, ਬਸ ਮਾਇਆ ਦਾ ਇਸ ਐਸਾ ਹੀ ਵਿਵਹਾਰ ਹੈ, ਤੂੰ ਤੂੰ ਵੀ ਕਿਸੇ ਕੁੜਕੀ 'ਚ ਨਾ ਫਸ, ਕੁੜਕੀ 'ਚ ਫਸਣ ਦੇ ਕ੍ਰਮ 'ਚ ਮਾਤਰ ਉਦਾਹਰਨ ਦੇਵਾਂ, ਕਿਉਂਕਿ ਗੁਰਬਾਣੀ ਦੇ ਅਰਥਾਂ ਨੂੰ ਦ੍ਰਿੜ ਕਰਨ ਵਾਸਤੇ ਕਈ ਵਾਰੀ ਵਰਤੀ ਘਟਨਾ ਦਾ ਇਸ਼ਾਰਾ ਦੇਣਾ ਪੈਂਦਾ ਪ੍ਰਚਾਰਕ ਨੂੰ, ਹੁਣ ਮੈਂ ਤੁਹਾਨੂੰ ਇੱਕ ਘਟਨਾ ਦਾ ਇਸ਼ਾਰਾ ਦਿੰਦਾ ਜੋ ਵਰਤੀ ਹੋਈ ਹੈ ਘਟਨਾ, ਪਰ ਮੈਂ ਨਾਂ ਨਹੀਂ ਲੈਂਦਾ ਕਿਉਂਕਿ ਨਾਂ ਲੈਣਾ ਠੀਕ ਨਹੀਂ ਹੁੰਦਾ, ਨਿੱਜੀ ਹੁੰਦਾ ਨਾ, ਸ਼ਾਇਦ ਤੁਹਾਨੂੰ ਬਹੁਤਿਆਂ ਨੂੰ ਪਤਾ ਹੋਵੇ, ਨਾ ਪਤਾ ਹੋਵੇ ਮੈਨੂੰ ਮਾਫ਼ ਕਰ ਦਿਓ ਵੀ ਨਾ ਸਮਝ ਆਈ ਤੁਹਾਨੂੰ ਗੱਲ। ਲਓ ਜੀ, ਇਹ ਕੁੜਕੀ ਕਿਵੇਂ ਬਣਦੀ ਹੈ, ਦੋ ਨੰਬਰ ਦਾ ਇਕੱਠਾ ਕੀਤਾ ਪੈਸਾ ਕਿਵੇਂ ਕੁੜਕੀ ਬਣ ਜਾਂਦੀ ਹੈ, ਦੋ ਅਰਬਾਂ ਪਤੀ ਭਰਾ, ਦੋ ਜਿਨ੍ਹਾਂ ਦੀ ਜਾਇਦਾਦ ਕਿੰਨੀ ਜੀ 50,000 ਕਰੋੜ, ਕਿੰਨੀ ਜਾਇਦਾਦ ਜੀ 50,000 ਕਰੋੜ, ਦੋ ਭਰਾ ਕੀ ਕੀਤਾ ਦੋਨਾਂ ਨੇ 100 ਕਰੋੜ ਤੀਜੇ ਬੰਦੇ ਨੂੰ ਫੜਾਤਾ, ਵੀ ਇੰਨੇ ਸੀ 100 ਕਰੋੜ, ਇੱਕ 100 ਰੁਪਈਏ ਦੀ ਤਰ੍ਹਾਂ ਸੀ, ਉਹਨੂੰ ਫੜਾਤਾ ਵੀ ਜਾਂ ਤੂੰ ਰੱਖ ਲਾ ਕਦੇ ਨਾ ਕਿਤੇ ਆਪਾਂ ਕੁਛ ਖਰੀਦ ਦੇ ਵਿੱਚ ਪਾ ਦਿਆਂਗੇ, ਦੋ ਨੰਬਰ ਦਾ 100 ਕਰੋੜ ਕਿਹਨੂੰ ਫੜਾਤਾ ਤੀਜੇ ਬੰਦੇ ਨੂੰ, ਤੀਜਾ ਬੰਦਾ ਉਹਦੇ ਲੜ ਗਈ, ਉਹ ਮਾਇਆ ਹੋਈ ਨਾਗਣੀ ਜਗਤ ਰਹੀ ਉਹਦੇ ਲੜ ਗਈ, ਭਾਵ ਕਿ ਉਹ ਤੀਜੇ ਬੰਦੇ ਨੇ ਸੋਚਿਆ ਜੇ 100 ਕਰੋੜ ਮੇਰੇ ਕੋਲ ਰਹਿ ਜੇ, ਆਹ ਹਾ 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 ਸਵਾਦੀ ਆ ਜੇ, ਹੋਏ ਲਾਲਾਂ ਡਿੱਗ ਪੈਂਦੀਆਂ ਬੰਦੇ ਦੀ, 100 ਕਰੋੜ ਦੇਖੋ ਤੁਸੀਂ, ਉਹਨੇ ਕੀ ਕੀਤਾ ਤੀਜੇ ਬੰਦੇ ਨੇ ਦੋਨਾਂ ਭਰਾਵਾਂ 'ਚ ਬੇਵਿਸ਼ਵਾਸੀ ਪੈਦਾ ਸ਼ੁਰੂ ਕਰਤੀ, ਵੱਡੇ ਨੂੰ ਕਹਿੰਦਾ ਤੈਨੂੰ ਤੇਰਾ ਛੋਟਾ ਭਾਈ ਮਾਰਨ ਨੂੰ ਫਿਰਦਾ, ਜੇ ਤੂੰ ਨਾ ਮਾਰਿਆ ਤੈਨੂੰ ਮਾਰ ਦੂੰ, ਛੋਟੇ ਨੂੰ ਕਹਿੰਦਾ ਤੈਨੂੰ ਤੇਰਾ ਵੱਡਾ ਭਾਈ, ਐਸੀ ਬੇਵਿਸ਼ਵਾਸੀ ਪੈਦਾ ਕੀਤੀ ਤੀਜੇ ਬੰਦੇ ਨੇ, ਦੋਨੇ ਭਾਈ ਇੱਕ ਦੂਜੇ ਦੇ ਗੋਲੀਆਂ ਮਾਰ ਕੇ ਸਮਝ ਗਏ ਨਾ ਘਟਨਾ ਜਾਣ ਦਿਓ ਮਰ ਗਏ, ਅਤੇ ਤੀਜਾ ਬੰਦਾ ਜੇਲ੍ਹਾਂ 'ਚ ਧੱਕੇ ਖਾਂਦਾ ਫਿਰਦਾ, ਜਿਹਨੇ ਸੋਚਿਆ ਸੀ ਵੀ ਆਪਾਂ ਮੌਜ ਕਰਾਂਗੇ ਉਹਨੂੰ ਵੀ ਲੈ ਗਈ, ਉਹ ਤੀਜਾ ਜੇਲ੍ਹ 'ਚ ਧੱਕੇ ਖਾਂਦਾ ਫਿਰਦਾ, ਦੋ ਇੱਕ ਦੂਜੇ ਦੇ ਗੋਲੀਆਂ ਮਾਰ ਕੇ, ਇਹ ਕਈ ਵਾਰੀ ਇੱਦਾਂ ਕੁੜਿੱਕੀ ਬਣ ਜਾਂਦੀ ਹੈ, ਕਈ ਵਾਰੀ ਦੋ ਨੰਬਰ ਦਾ ਇਕੱਠਾ ਕੀਤਾ ਪੈਸਾ ਹੀ ਜਾਣ ਦਾ ਖਾਉ ਬਣ ਜਾਂਦਾ, ਬੋਲੋ ਸਤਨਾਮ, ਇਹ ਮਾਇਆ ਦਾ ਐਸਾ ਹੀ ਵਿਵਹਾਰ ਹੈ, ਐਸਾ ਹੀ ਵਿਵਹਾਰ ਹੈ, ਮਾਇਆ ਦੇ ਪੁੱਤਾਂ ਦਾ ਹਾਲ ਸਪਨੀ ਦੇ ਪੁੱਤਾਂ ਵਾਲਾ ਹੁੰਦਾ, ਕਹਿੰਦੇ ਮਾਇਆ ਹੋਈ ਨਾਗਣੀ, ਨਾਗਣੀ ਦਾ ਮੀਨ ਸਰਪਣੀ, ਹੁਣ ਸੱਪੀ ਸਪਨੀ ਦੇ ਬੱਚੇ ਉਹਨੂੰ ਪਿਆਰ ਕਰਦੇ ਹੈ, ਪਿਆਰ ਪਿਆਰ 'ਚ ਹੀ ਨਿਕਲ ਜਾਂਦੇ ਨਾ ਸਕੋਲ ਕੇ, ਅਤੇ ਸਪਨੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ, ਕਰਦੀ ਤਾਂ ਪਿਆਰ ਹੀ ਹੁੰਦੀ ਹੈ, ਉਹ ਲਾਡ ਦੇ ਵਿੱਚ ਹੀ ਨਗਲੇ ਜਾਂਦੇ ਹੈ, ਬੋਲੋ ਸਤਨਾਮ, ਉਹ ਵੀ ਆਪਣੀ ਮਾਂ ਨੂੰ ਪਿਆਰ ਕਰਦੇ ਮੂੰਹ ਕੋਲ ਆ ਕੇ, ਵੀ ਪ੍ਰਮਾਣ ਹੈ ਇੱਕ, ਸਪਨੀ ਵੀ ਆਪਦੀ ਜਾਂਦੀ ਤਾਂ ਪਿਆਰ ਹੀ ਕਰਦੀ ਹੈ, ਲਾਡ ਹੀ ਲੜਾਉਂਦੀ ਹੈ, ਲਾਡ 'ਚ ਹੀ ਖਾਧੇ ਗਏ, ਬਸ ਮਾਇਆ ਦੇ ਪੁੱਤਾਂ ਦਾ ਹਾਲ ਸਪਨੀ ਦੇ ਪੁੱਤਾਂ ਵਾਲਾ ਹੁੰਦਾ, ਬੋਲੋ ਸਤਨਾਮ, ਇੱਕ ਉਹਦੇ ਕੀ ਬਣਦੀ ਹੈ, ਲੋੜ ਮੁਤਾਬਕ ਆਪਾਂ ਸਾਰੀ ਕਮਾਉਣੇ ਹੈ, ਪਰ ਦੇਖੀ ਪੈਸੇ ਦਾ ਪੁੱਤ ਹੋ ਕੇ ਗਲਤ ਕੰਮ ਨਾ ਕਰੀ, ਇਹ ਤਾਂ ਕੁੜਿੱਕੀ ਹੈ, ਕੁੜਿੱਕੀ ਹੈ ਤਾਂ ਆਪਾਂ ਨੂੰ ਸਮਝਾਉਣ ਵਾਸਤੇ ਇਹ ਤਾਂ ਕੁੜਿੱਕੀ 'ਚ ਫਸਦਾ, ਇਸ ਕਰਕੇ ਜਿਉਂ ਨਲਨੀ ਸੂਟਾ ਗਹਿਓ ਮਨ ਬੌਰਾ ਰੇ, ਮਾਇਆ ਇਹ ਵਿਵਹਾਰ ਜੈਸਾ ਰੰਗ ਕੁਸੁੰਭਕਾ ਮਨ ਬੌਰਾ ਰੇ, ਤਿਉਂ ਪਸਰਿਓ ਪਾਸਾਰ, ਮਨਾ ਇਹ ਮਾਇਆ ਦੀਆਂ ਮੌਜ ਮਸਤੀਆਂ, ਕਹਿੰਦੇ ਕੁਸੁੰਭੇ ਦੇ ਰੰਗ ਵਰਗੀਆਂ, ਫਿਰ ਬੰਦਾ ਮੌਜ ਮਸਤੀਆਂ ਵੀ ਕਰਦਾ, 5 ਤਾਰਾ ਹੋਟਲਾਂ 'ਚ ਧੱਕੇ ਖਾਂਦਾ, 7 ਸਟਾਰ ਹੋਟਲਾਂ 'ਚ ਧੱਕੇ ਖਾਂਦਾ, ਮਾਫ਼ ਕਰਨਾ ਹੋਰੀ ਤਰ੍ਹਾਂ ਦੇ ਨੌ ਚੁਕੋ ਹੋਰ ਸਾਰਾ ਬਹੁਤ ਕੁਛ, ਜੂਏਬਾਜ਼ੀਆਂ ਬੜਾ ਕੁਛ ਚੱਲਦਾ, ਇਹ ਕੁਸੁੰਭੇ ਦਾ ਰੰਗ ਹੈ, ਕੁਸੁੰਭੇ ਦਾ ਰੰਗ ਦੇਖਿਆ ਹੋਣਾ ਤੁਸੀਂ, ਫੁੱਲ ਹੁੰਦਾ ਨਾ ਉਹਦੇ ਵਿੱਚੋਂ ਰੰਗ ਨਿਕਲਦਾ ਲਾਲ ਚਮਕਦਾ, ਪਰ ਹੁੰਦਾ ਕੱਚਾ, ਕੱਚਾ ਰੰਗ ਕਿਹਨੂੰ ਕਹਿੰਦੇ ਹੈ, ਵੀ ਜੇ ਪਾਣੀ ਦੀ ਛਿੱਟ ਲੱਗ ਜਾਏ ਤਾਂ ਵੀ ਘੁਲ ਜਾਂਦਾ, ਜੇ ਥੋੜ੍ਹੀ ਕੁ ਧੁੱਪ ਲੱਗ ਜਾਵੇ ਤਾਂ ਵੀ ਉੱਡ ਜਾਂਦਾ, ਉਹਨੂੰ ਆਪਾਂ ਕੱਚਾ ਰੰਗ ਕਹਿੰਦੇ ਹਾਂ ਨਾ, ਇੱਦਾਂ ਹੁੰਦਾ ਕੱਚਾ ਹੀ ਹੈ, ਪਰ ਚਮਕ ਦਮਕ ਬਹੁਤ ਹੁੰਦੀ ਹੈ ਕੁਸੁੰਭੇ ਦੇ ਰੰਗ 'ਚ, ਭਾਵ ਇਹ ਮਾਇਆ ਦੀਆਂ ਮੌਜ ਮਸਤੀਆਂ ਬਸ ਚਮਕ ਦਮਕ ਦੀ ਫੋਕੀ ਹੁੰਦੀ ਹੈ, ਪਰ ਇਹ ਹੈ ਕੁਸੁੰਭੇ ਦਾ ਰੰਗ ਹੀ, ਜੈਸਾ ਰੰਗ ਕੁਸੁੰਭਕਾ ਮਨ ਬੌਰਾ ਰੇ, ਤਿਉਂ ਪਸਰਿਓ ਪਾਸਾ, ਇੱਦਾਂ ਹੀ ਇਹ ਪਸਾਰਾ ਹੈ, ਦੇਖੀ ਕਿਤੇ ਮੌਜ ਮਸਤੀਆਂ ਵਿੱਚ ਨਾ ਫਸ ਜਾਵੀ, ਇੱਥੇ ਵੀ ਕੁੜਕੀ ਕਿਵੇਂ ਲੱਗਦੀ ਹੈ, ਰਮਜ ਮਾਤਰ ਦੇ ਦਿਆਂ ਵਰਤੀ ਘਟਨਾ, ਨਾ ਤਾਂ ਪਰੇ ਦੀ ਨਹੀਂ ਹੁੰਦੇ, ਪਿੱਛੇ ਜੇ ਤੁਹਾਨੂੰ ਪਤਾ ਹੈ ਇਹ ਮੌਜ ਮਸਤੀਆਂ ਕੁਸੁੰਭੇ ਦਾ ਰੰਗ ਕਿਵੇਂ ਕੁੜਕੀ ਬਣਦੀ ਹੈ, ਇੱਕ ਕੇਂਦਰੀ ਮੰਤਰੀ ਦੇ ਘਰ ਵਾਲੀ ਤਾਂ 5 ਤਾਰਾ ਹੋਟਲ ਦੇ ਵਿੱਚੋਂ ਲਾਸ਼ ਮਿਲੀ ਸੀ, ਕੁੜਕੀ ਲੱਗ ਗਈ,
ਪਤਾ ਤੁਹਾਨੂੰ? ਹਾਂਜੀ, ਫਿਰ ਕਿਵੇਂ ਕੁੜਕੀਆਂ ਲੱਗਦੀਆਂ? ਹਰਿਆਣੇ ਦੀ ਐਡਵੋਕੇਟ ਜਰਨਲ ਸੀ ਕਿ ਬੀਬੀ, ਸੋਚੋ ਜਦੋਂ ਗਿਆਨ ਨਾ ਹੋਵੇ, ਚੰਮ ਅਤੇ ਦਮ ਕਿਵੇਂ ਬੰਦੇ ਦੇ ਬੈਰੀ ਬਣਦੇ? ਲਿਖਿਆ ਨਾ, ਧਨ ਜੋਬਨ ਦੋਏ ਬੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਕਿਵੇਂ ਬੈਰੀ ਬਣਦੇ ਆ। ਅਤੇ ਇੱਕ ਲੀਡਰ ਦਾ ਕਾਕਾ ਮੁਸਲਮਾਨ ਬਣ ਕੇ ਨਹੀਂ ਵਿਆਹ ਕਰਾਇਆ ਸੀ, ਅਤੇ ਸਮਾਂ ਪਾ ਕੇ ਗਲੀ ਛੜੀ ਲਾਸ਼ ਮਿਲੀ ਸੀ ਘਰੋਂ, ਸੋਨਾ ਅਤੇ ਮਾਇਆ ਦੇ ਵਿੱਚ ਦੱਬੀ ਘਰੋਂ, ਬਹੁਤ ਸਾਰਾ ਸੋਨਾ, ਬਹੁਤ ਮਾਇਆ, ਕੁੜਕੀ ਬਣ ਗਈ ਗਲੀ ਛੜੀ ਰਾਸ। ਜਦੋਂ ਬੰਦਾ ਸੱਚ ਨਾਲ ਟੁੱਟ ਜਾਂਦਾ, ਆਹ ਚੰਮ ਅਤੇ ਦਮ, ਆ ਕਰੀਮਾਂ ਪਾਊਡਰਾਂ ਨਾਲ ਪਾਲਿਆ ਚੰਮ ਅਤੇ ਇਕੱਠਾ ਕੀਤਾ, ਪੈਸੇ ਹੀ ਬੈਰੀ ਬਣ ਜਾਂਦੇ ਆ। ਬੋਲੋ ਸਤਨਾਮ। ਜੋ ਸੱਚ ਨਾਲ ਟੁੱਟ ਜਾਂਦਾ, ਸੱਚ ਨਾਲ ਜੁੜ ਕੇ ਸਹੀ ਢੰਗ ਨਾਲ ਕਮਾਵੇ, ਸਹੀ ਵਰਤੋਂ ਕਰੇ, ਸਰੀਰ ਤੋਂ ਸਹੀ ਕੰਮ ਲਵੇ, ਸੇਵਾ ਸਿਮਰਨ ਦਾ, ਚੰਗੀ ਗੱਲ ਹੈ। ਪਰ ਜੋ ਸੱਚ ਨਾਲ ਟੁੱਟ ਜਾਂਦਾ ਮਨੁੱਖ, ਆ ਚੰਮ ਅਤੇ ਆ ਦਮ ਹੀ ਬੈਰੀ ਬਣ ਜਾਂਦੇ ਆ। ਇਸ ਕਰਕੇ ਦੇਖੀ ਕਿਤੇ ਫਸ ਨਾ ਜਾਈ। ਜੈਸਾ ਰੰਗ ਕੁਸੁੰਬਕਾ ਮਨ ਬੌਰਾ ਰੇ, ਤਿਉਂ ਪਸਰਿਓ ਪਾਸਾਰ। ਫਿਰ ਕਹਿੰਦੇ, ਨਾਵਣ ਕੋ ਤੀਰਥ ਘਣੇ, ਮਨ ਬੌਰਾ ਰੇ, ਪੂਜਨ ਕੋ ਬਹੁ ਦੇਵ। ਫਿਰ ਕਹਿੰਦੇ, ਧਰਮ ਵਾਲੇ ਪਾਸੇ ਵੀ ਕਿਤੇ ਕਰਮ ਕਾਂਡਾ 'ਚ ਨਾ ਫਸ ਜਾਵੀ। ਕਈ ਵਾਰੀ ਮਨੁੱਖ ਧਰਮ ਵਾਲੇ ਪਾਸੇ ਆਉਂਦਾ, ਸੱਚ ਦਾ ਪਤਾ ਨਹੀਂ ਲੱਗਦਾ ਸਤਸੰਗ ਤੋਂ ਬਿਨਾਂ, ਅਤੇ ਕਰਮ ਕਾਂਡਾਂ ਨੂੰ ਹੀ ਧਰਮ ਮੰਨੀ ਜਾਂਦਾ। ਸੋ ਕਹਿੰਦੇ, ਕਮਲਿਆ ਮਨਾ ਨਹਾਉਣ ਨੂੰ ਤੀਰਥ ਬਥੇਰੇ ਹੈ। ਨਹਾਵਣ ਕਹੋ ਤੀਰਥ ਦੀ ਗੱਲ ਆਪਾਂ ਪਹਿਲਾਂ ਕਰ ਹੀ ਲਈ ਸੀ। ਦੇਖੋ, ਸੱਚਾ ਤੀਰਥ ਗੁਰੂ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕੀ ਕਿਤੇ ਕ੍ਰਮ ਜ ਹੋਰ ਦੇਵਾਂ ਤੁਹਾਨੂੰ, ਵੀ ਜਿੱਥੇ ਸਾਨੂੰ ਗਿਆਨ ਸੁਣ ਕੇ ਮਿਲਦਾ ਬਹੁਤਾ ਤਾਂ, ਪਰ ਕੁਝ ਗਿਆਨ ਦੇਖ ਕੇ ਵੀ ਮਿਲ ਜਾਂਦਾ, ਕੁਝ ਗਿਆਨ ਦੇਖ ਕੇ ਵੀ ਮਿਲ ਜਾਂਦਾ। ਦੇਖ ਕੇ ਕਿਵੇਂ? ਉਹ ਸੁਰਤ 'ਚ ਦੇਖ ਲਓ, ਉਹ ਦੇਖੋ ਸਾਡਾ ਜੋ ਕੇਂਦਰੀ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਿਆ ਧਿਆਨ 'ਚ। ਉਹ ਦੇਖੋ ਸਰੋਵਰ ਦੇ ਵਿਚਕਾਰ ਕੀ ਹੈ, ਸਰੋਵਰ ਦੇ ਵਿਚਕਾਰ ਕੀ ਹੈ? ਦਰਬਾਰ ਸਾਹਿਬ, ਠੀਕ ਆ। ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਭਾਵ ਕਿ ਤੈਨੂੰ ਦੇਖ ਕੇ ਗਿਆਨ ਆ ਜਾਏ। ਗੁਰੂ ਜੀ ਨੇ ਕੀ ਕੀਤਾ, ਸਰੋਵਰ ਦੇ ਵਿਚਕਾਰ ਰੱਬੀ ਬਾਣੀ ਦਾ ਪ੍ਰਕਾਸ਼ ਕਰਤਾ, ਭਾਵ ਕਿ ਸਿੱਖਾ ਧਿਆਨ ਬਾਣੀ 'ਤੇ ਟਕਾ, ਆਹ ਗੁਰੂ ਤੀਰਥ ਹੈ, ਆਹ ਗੁਰਬਾਣੀ ਤੀਰਥ ਹੈ। ਬੋਲੋ ਸਤਨਾਮ। ਸਰੋਵਰ ਦੇ ਵਿਚਕਾਰ ਪ੍ਰਕਾਸ਼ ਕਰਤਾ, ਭਾਵ ਕਿ ਇਸ਼ਨਾਨ ਕਰ ਲਿਆ, ਚੰਗੀ ਗੱਲ ਹੈ, ਮਾੜੀ ਗੱਲ ਨਹੀਂ, ਆਪਾਂ ਨਹਾਉਂਦੇ ਹਾਂ, ਸੁਸਤੀ ਲੈ ਜਾਂਦੀ ਹੈ, ਸਫਾਈ ਵੀ ਹੋ ਜਾਂਦੀ ਹੈ। ਸਰੋਵਰ ਦਾ ਇਸ਼ਨਾਨ ਇੱਕ ਹੋਰ ਵੀ ਵਾਧਾ ਹੈ, ਏਕਤਾ, ਸਮੂਹਕ ਇਸ਼ਨਾਨ, ਵੀ ਅਸੀਂ ਊਚ ਨੀਚ ਤਸੂ ਛੱਤ ਭਿੱਟ ਮੰਨਦੇ ਨਹੀਂ, ਇੱਕੇ ਥਾਈਂ ਅਸੀਂ ਇਸ਼ਨਾਨ ਕਰ ਲੈਂਦੇ, ਇੱਦਾਂ ਇਸ਼ਨਾਨ ਕਰ ਲਿਆ, ਚੰਗੀ ਗੱਲ ਹੈ। ਪਰ ਵਿਚਕਾਰ ਪ੍ਰਕਾਸ਼ ਕਿਉਂ ਕੀਤਾ, ਵੀ ਸਿੱਖਾ ਕਿਤੇ ਨਹਾ ਕੇ ਨਾ ਮੁੜ ਜੀ, ਉਹ ਜੇ ਆ ਜਾ ਬਾਣੀ ਸੁਣ ਲਾ। ਬੋਲੋ ਸਤਨਾਮ। ਦੁਨੀਆ ਨਹਾ ਕੇ ਮੁੜਿਆ ਆਉਂਦੀ ਹੁੰਦੀ ਸੀ ਨਾ, ਗੁਰੂ ਨੇ ਵਿਚਕਾਰ ਪ੍ਰਕਾਸ਼ ਕਰਤਾ ਵੀ ਤੀਰਥ ਤਾਂ ਗੁਰੂ ਹੈ, ਗੁਰਬਾਣੀ ਗਿਆਨ ਇਸ਼ਨਾਨ ਕਰਕੇ ਬੰਦਾ ਧਰਮੀ ਬਣਦਾ, ਸਿੱਖਾ ਕਿਤੇ ਨਹਾ ਕੇ ਨਾ ਮੁੜ ਜੀ। ਗੁਰੂ ਗ੍ਰੰਥ ਸਾਹਿਬ ਜੀ ਬਾਜਾਂ ਮਾਰਦੇ ਹੈ, ਕਹਿੰਦੇ ਉਰੇ ਆ ਜਾ, ਗਿਆਨ ਦਾ ਇਸ਼ਨਾਨ ਵੀ ਕਰ ਲਾ, ਉਰੇ ਆ ਜਾ, ਉਰੇ ਕਿਤੇ ਨਹਾ ਕੇ ਨਾ ਮੁੜ ਜੀ, ਕਿਤੇ ਨਾਲੇ 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 ਰੌਲਾ ਪਾ ਕੇ ਮੁੜ ਜੇ ਕਿਤੇ। ਪਰ ਗੁਰੂ ਨੇ ਕਸਰ ਨਹੀਂ ਛੱਡੀ ਸਮਝਾਉਣ ਦੀ, ਕੋਈ ਜੇ ਸਮਝੀਏ, ਦੇਖੋ ਬਾਣੀ ਤਾਂ ਗਿਆਨ ਦਿੱਤਾ ਹੀ ਦਿੱਤਾ, ਵੀ ਦੇਖ ਕੇ ਵੀ ਤੈਨੂੰ ਗਿਆਨ ਮਿਲ ਜੇ, ਐਂ ਵਿਚਕਾਰ ਕਰਤਾ ਪ੍ਰਕਾਸ਼, ਕਹਿੰਦੇ ਇੱਥੇ ਇੱਥੇ ਟਿਕ ਜਾ, ਇੱਥੇ ਧਿਆਨ ਕੇਂਦਰਿਤ ਕਰ ਲਾ, ਆਹ ਗੱਲ ਵੱਡੀ। ਚਲੋ, ਸਮਝ ਆ ਗਈ ਆਪਾਂ ਨੂੰ, ਅਤੇ ਨਹੀਂ ਤਾਂ ਕਮਲਿਆ ਕਿਤੇ ਸਿਰਫ ਤਣ ਦੇ ਇਸ਼ਨਾਨ ਨੂੰ ਧਰਮ ਨਾ ਮੰਨੀ ਫਿਰੀ ਕਿਤੇ, ਇੱਦਾਂ ਤਾਂ ਬਥੇਰੇ ਨਹਾਉਣ ਨੂੰ ਤੀਰਥ ਕਿੱਥੇ ਕਿੱਥੇ ਨਹਾਉਂਦਾ ਫਿਰੇਗਾ। ਨਹਾਵਣ ਕਹੋ ਤੀਰਥ ਘਣੇ, ਮਨ ਬਾਉਰਾ ਰੇ, ਪੂਜਨ ਕਹੋ ਬਹੁ ਦੇਵ। ਕਹਿੰਦੇ ਕਮਲਿਆ ਮਨਾ, ਪੂਜਣ ਨੂੰ ਦੇਵਤੇ ਬਹੁਤਾ ਹੈ, ਕਿਹਨੂੰ ਕਿਹਨੂੰ ਪੂਜੇਗਾ? ਪੂਜਨ ਕਹੋ ਬਹੁ ਦੇਵ। ਇੱਕ ਤੁਹਾਨੂੰ ਸੱਚੀ ਗੱਲ ਦੱਸਾਂ, ਵੈਸੇ ਤਾਂ ਮੰਨਣ ਵਾਲੀ ਹੋ ਬਹੁਤੇ, ਤਾਂ ਪੁਜਾਰੀਵਾਦ ਕਹਿੰਦਾ ਦੇਵਤੇ ਪੂਜੋ, ਗੁਰੂ ਜੀ ਕਹਿੰਦੇ, ਗੁਰੂ ਜੀ ਕੀ ਕਹਿੰਦੇ ਆ? ਵੈਰੀ ਗੁੱਡ, ਗੁਰੂ ਜੀ ਕਹਿੰਦੇ ਦੇਵਤੇ ਬਣੋ। ਬੋਲੋ ਸਤਨਾਮ। ਸੱਚਾ ਉਪਦੇਸ਼ ਕੀ ਹੈ? ਦੇਵਤੇ ਬਣੋ, ਬਣੋ ਦੇਵਤੇ। ਕਦੋਂ ਬਣਦਾ ਦੇਵਤਾ ਮਨੁੱਖ? ਜਦੋਂ ਗੁਰੂ ਗਿਆਨ ਰਾਹੀਂ ਗਿਆਨ ਦਾ ਦੀਵਾ ਅੰਦਰ ਬਲ ਗਿਆ ਅੰਦਰ, ਅਤੇ ਦੇਹੀ ਦੇਵਤਾ ਬਣ ਗਿਆ। ਦੇਵਤੇ ਪੂਜਣ ਵਿੱਚ ਕੀ ਸਵਾਦ ਹੈ? ਖੁਦ ਦੇਵਤੇ ਬਣੋ। ਬੋਲੋ ਸਤਨਾਮ। ਹਾਂਜੀ, ਦੇਵਤੇ ਮਨੁੱਖ ਕੌਣ ਹੁੰਦੇ ਆ? ਮਨੁੱਖ ਦਾ ਅਰਥ ਭੈਣ ਭਰਾ ਕੋਈ ਹੈ, ਜਿਨ੍ਹਾਂ ਦੇ ਅੰਦਰ ਗਿਆਨ ਦਾ ਦੀਵਾ ਬਲਦਾ, ਜਿਹੜੇ ਕੋਈ ਬੁਰਾ ਕੰਮ ਨਹੀਂ ਕਰਦੇ। ਅਤੇ ਦੇਵਤੇ ਬਣਾਉਂਦਾ ਕੌਣ ਹੈ? ਗੁਰੂ। ਪੜ੍ਹੋ, ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਾਧ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ
ਵਾਰ ਬਲਹਾਰ ਜਾਵਾਂ ਗੁਰੂ ਤੋਂ ਸੈਂਕੜੇ ਵਾਰੀ, ਐਸਾ ਸੱਚਾ ਗਿਆਨ ਦਿੱਤਾ, ਸੱਚੇ ਗਿਆਨ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ। ਸਤਿਪੁਰਸ਼ਾਂ ਦਾ ਮਿਸ਼ਨ ਕੀ ਹੁੰਦਾ? ਮਨੁੱਖ ਨੂੰ ਦੇਵਤਾ ਬਣਾ ਕੇ ਧਰਤੀ ਨੂੰ ਸਵਰਗ ਬਣਾਉਣਾ। ਅਤੇ ਪਜਾਰੀ ਬੰਦ ਕੀ ਕਹਿੰਦਾ? ਸਵਰਗ ਦੇ ਨਾਂ 'ਤੇ ਤਾਹਾਂ ਮੂੰਹ ਚੱਕੀ ਰੱਖੋ ਵੀ ਮਰ ਕੇ ਮਿਲੂ, ਪਰ ਸਤਿਪੁਰਸ਼ ਕਹਿੰਦੇ ਧਰਤੀ ਨੂੰ ਸਵਰਗ ਬਣਾ ਲਾ। ਬੋਲੋ ਸਤਨਾਮ। ਮਨੁੱਖ ਦੇਵਤਾ ਬਣ ਜੇ ਧਰਤੀ ਸਵਰਗ, ਸਤਿਪੁਰਸ਼ਾਂ ਦਾ ਮਿਸ਼ਨ ਹੈ। ਇਸ ਕਰਕੇ ਦੇਵਤੇ ਬਣੋ, ਗੁਰੂ ਦੇਵਤੇ। ਹੋਰ ਲੈ ਲਓ ਪ੍ਰਮਾਣ, ਕਾਇਓ ਦੇਵਾ। ਆ ਸਰੀਰ ਕੀ ਬਣ ਗਿਆ? ਦੇਵਤਾ। ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਗੁਰੂ ਜੀ ਕਹਿੰਦੇ ਕਿਹੜੇ ਤੀਰਥ ਨਹਾਉਂਦਾ ਫਿਰਦਾ, ਕਿਹੜੇ ਦੇਵਤੇ ਪੂਜਦਾ ਫਿਰਦਾ, ਆ ਜਾ ਤਾਂ ਇਹਨੂੰ ਤੀਰਥ ਬਣਾ ਦਿਆਂ। ਕਾਇਓ ਜੰਗਮ ਜਾਤੀ, ਸਰੀਰ ਤੁਰਦਾ ਫਿਰਦਾ ਤੀਰਥ ਬਣ ਜਾਂਦਾ। ਗਿਆਨਵਾਨ ਮਨੁੱਖ ਜਿੱਥੇ ਵੀ ਜਾਂਦਾ ਉੱਥੇ ਗਿਆਨ ਦੀ ਗੱਲ ਸੁਣਾ ਕੇ ਪਵਿੱਤਰ ਕਰ ਦਿੰਦਾ। ਗਿਆਨ ਨਾਲ ਜੁੜਿਆ ਮਨੁੱਖਾ ਸਰੀਰ ਤੁਰਦਾ ਫਿਰਦਾ ਤੀਰਥ ਹੈ। ਬੋਲੋ ਸਤਨਾਮ। ਜੰਗਮ ਜਾਤੀ, ਤੁਰਦਾ ਫਿਰਦਾ ਤੀਰਥ, ਅਤੇ ਸਰੀਰੀ ਦੇਵਤਾ ਬਣ ਗਿਆ ਕਾਇਓ ਦੇਵਾ, ਕਾਇਓ ਦੇਵਲ, ਕਾਇਓ ਜੰਗਮ ਜਾਤੀ। ਸੋ ਇੱਦਾਂ ਗੁਰੂ ਸਾਹਿਬ ਕਹਿੰਦੇ ਤੂੰ ਖੁਦ ਹੀ ਤੁਰਦਾ ਫਿਰਦਾ ਤੀਰਥ ਬਣ ਜਾ, ਤੂੰ ਖੁਦ ਹੀ ਦੇਵਤਾ ਬਣ ਜਾ, ਅਤੇ ਆ ਕਿਸੇ ਜਾਲ ਵਿੱਚ ਨਾ ਪੈ ਜਾਵੀਂ। ਮਾਨਸ ਅਤੇ ਦੇਵਤੇ ਭਏ ਧਿਆਇਆ ਨਾਮ ਹਰੇ। ਹਰੀ ਪਰਮੇਸ਼ਰ ਦਾ ਨਾਮ ਧਿਆਉਂਦਿਆਂ ਮਨੁੱਖ ਹੀ ਦੇਵਤੇ ਬਣ ਜਾਂਦੇ। ਇੰਨੇ ਪ੍ਰਮਾਣ ਤਾਂ ਬਹੁਤ ਹੋ ਗਏ, ਇੱਕ ਹੋਰ ਲੈ ਲਓ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ। ਜਦੋਂ ਗੁਰੂ ਗਿਆਨ ਵਾਲੀ ਮੱਤ ਸਿੱਖ ਲਈ, ਜਦੋਂ ਗੁਰੂ ਗਿਆਨ ਵਾਲੀ ਮੱਤ ਸਿੱਖ ਲਈ ਕੀ ਹੋ ਗਿਆ? ਨਰ ਤੇ ਸੁਰ ਹੋਏ ਜਾਤ ਨਿਮਖ ਮੈਂ। ਅੱਖ ਦੇ ਫੋਰ ਵਿੱਚ ਹੀ ਮਨੁੱਖ ਤੋਂ ਦੇਵਤੇ ਬਣ ਜਾਈਦਾ। ਜਦੋਂ ਆਪਣੀ ਮਨ ਮੱਤ ਛੱਡ ਦਿੱਤੀ, ਗੁਰੂ ਵਾਲੀ ਮੱਤ ਲੈ ਲਈ, ਮਨੁੱਖਾਂ ਤੋਂ ਦੇਵਤੇ ਅੱਖ ਦੇ ਫੋਰ 'ਚ ਹੀ ਬਣ ਜਾਂਦੇ ਆ। ਦੇਵਤੇ ਬਣਨ 'ਤੇ ਕੋਈ ਦੇਰ ਨਹੀਂ ਲੱਗਦੀ। ਇਸ ਕਰਕੇ ਦੇਵਤੇ ਬਣੋ, ਦੇਵਤੇ ਬਣੋ ਤਾਂ, ਅਤੇ ਗਿਆਨ ਦੇ ਤੀਰਥ 'ਤੇ ਇਸ਼ਨਾਨ ਕਰੋ। ਅਤੇ ਬਾਹਰੀ ਤੀਰਥਾਂ 'ਤੇ ਤਾਂ ਭਾਵੇਂ ਕਿ ਨਹਾਉਂਦਾ ਮਰ ਜੇ ਤਾਂ ਵੀ ਖਹਿੜਾ ਨਹੀਂ ਛੁੱਟਦਾ। ਮਨ ਕਾਮਨਾ ਤੀਰਥ ਦੇ ਛੁੱਟੈ ਛੁੱਟੈ, ਗਰਭ ਗਮਾਨ ਨਾ ਮਣਤੇ ਹੁੱਟੈ, ਨਾ ਮਣਤੇ ਹੁੱਟੈ, ਸੋਚ ਕਰੈ ਸੋਚ ਮੀਨ ਇਸ਼ਨਾਨ, ਸੋਚ ਕਰੈ ਦਿਨ ਸਰ ਰਾਤ, ਮਣ ਕੀ ਮੈਲ ਨਾ ਤਨ ਤੇ ਜਾਤ। ਇਸ ਦੇਹੀ ਕਹੋ ਬਹੁਤ ਸਾਧਨਾ ਕਰੇ, ਬਹੁਤ ਸਾਧਨਾ ਦਾ ਭਾਵ ਸਮਝ ਕੇ ਸੌਖਾ ਵਿੱਚ ਦੀ ਅਰਥ ਵੀ ਕਰ ਦਈਏ ਵੀ ਗੁਰੂ ਜੀ ਕਹਿੰਦੇ ਇਕੱਲਾ ਇਸ਼ਨਾਨ ਨਹੀਂ, ਇਸ ਦੇਹੀ ਦੀਆਂ ਭਾਵੇਂ ਤੂੰ ਯੋਗੀਆਂ ਵਾਲੀਆਂ ਸਾਧਨਾਵਾਂ ਵੀ ਕਰ ਲਾ। ਸਾਧਨਾ ਕਹਿੰਦੀ ਯੋਗੀ ਵਾਲੀ, ਉਹ ਵੀ ਖੋਲ੍ਹਾਂ ਹੁਣ ਅੱਗੇ। ਨੇਤੀ ਧੋਤੀ ਕਪਾਲੀ, ਮਾਫ਼ ਕਰਨਾ ਕਈਆਂ ਨੂੰ ਨੇਤੀ ਧੋਤੀ ਕਪਾਲੀ ਨਹੀਂ ਪਤਾ ਹੋਣਾ, ਫਿਰ ਜਮਾਂ ਸੌਖੇ ਢੰਗ ਨਾਲ ਹੀ ਆ ਜਾਈਏ ਵੀ ਤੂੰ ਯੋਗੀਆਂ ਵਾਲੀਆਂ ਸਾਧਨਾਵਾਂ ਕਰਦਾ ਹੋਇਆ ਨਾਸਾਂ ਵੀ ਧੋਣ ਸਿੱਖ ਲਾ ਤੀਰਥ ਦੇ ਪਾਣੀ ਨਾਲ। ਵੀ ਸੱਜੀ ਨਾਸ ਪਾਣੀ ਕੱਢਿਆ, ਖੱਬੀ ਕੱਢਤਾ, ਖੱਬੀ ਖਿੱਚ ਕੇ ਸੱਜੀ ਕੱਢਤਾ, ਤੂੰ ਤੀਰਥ ਦੇ ਪਾਣੀ ਨਾਲ ਆਂਤੜੀਆਂ ਵੀ ਧੋਣ ਸਿੱਖ ਲਾ। ਵੀ ਮੂੰਹ ਰਾਹੀਂ ਕੱਪੜਾ ਭਿਉਂ ਕੇ ਪਾਣੀ ਦੇ ਵਿੱਚ ਮੂੰਹ ਰਾਹੀਂ ਨਿਕਲਦੇ ਆ, ਉਹ ਸਵਾਸ ਦੇ ਰਾਹੀਂ ਘੁਮਾ ਕੇ ਬਾਹਰ ਕੱਢਦੇ। ਗੁਰੂ ਸਾਹਿਬ ਕਹਿੰਦੇ ਇਕੱਲਾ ਇਸ਼ਨਾਨ ਨਹੀਂ, ਤੀਰਥ ਦੇ ਪਾਣੀ ਨਾਲ ਨਾਸਾਂ ਅਤੇ ਆਂਤੜੀਆਂ ਧੋਣ ਸਿੱਖ ਲਾ, ਮਨ ਤਾਂ ਵੀ ਸਾਫ਼ ਨਹੀਂ ਹੁੰਦਾ। ਬੋਲੋ ਸਤਨਾਮ। ਨਾਸਾਂ ਵੀ ਧੋ ਲਿਆ ਕਰ, ਸੌਖੇ ਅਰਥ ਕੀਤੇ ਆ ਜੀ ਆਪਾਂ ਸਟੀਕ ਦੇ ਵਿੱਚ, ਕਈ ਵਾਰੀ ਜ਼ਿਆਦਾ ਨਹੀਂ ਖੋਲ੍ਹੇ ਜਾਂਦੇ ਅਰਥ। ਨਾਸਾਂ ਅਤੇ ਆਂਤੜੀਆਂ ਵੀ ਧੋਣ ਸਿੱਖ ਲਾ, ਤਾਂ ਵੀ ਨਹੀਂ ਸਾਫ਼ ਹੁੰਦਾ ਮਨ ਤਾਂ। ਤੂੰ ਇਕੱਲੇ ਇਸ਼ਨਾਨ ਨਾ ਕਹਿੰਦੇ, ਨਾਸਾਂ ਵੀ ਧੋ ਲਿਆ ਕਰ, ਗੁਰੂ ਜੀ ਕਹਿੰਦੇ ਆਂਤੜੀਆਂ ਵੀ ਧੋਣ ਸਿੱਖ ਲਾ। ਇਸ ਦੇਹੀ ਕਹੋ, ਪੜ੍ਹੋ ਪੰਕਤੀ ਦਾ ਅਰਥ ਕੀਤਾ ਪੰਕਤੀ ਦਾ, ਇਸ ਦੇਹੀ ਕਹੋ ਬਹੁਤ ਸਾਧਨਾ ਕਰੈ, ਮਨ ਤੇ ਕਾਬੂ ਨਾ ਵਿਖਿਆ ਟਰ, ਜਲ ਧੋਵੈ ਬਹੁ ਦੇ ਅਨੀਤ ਸ਼ੁੱਧ ਕਹਾਂ ਹੋਏ, ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਤਰੇ ਪਤਤ ਬਹੁ ਮੂਚ। ਨਾਮ ਰਾਹੀਂ ਸੱਚੇ ਗਿਆਨ ਦੇ ਰਾਹੀਂ ਅਨੇਕਾਂ ਪਾਪੀਆਂ ਦਾ ਆਧਾਰ ਹੋ ਗਿਆ, ਨਹਾ ਕੇ ਕੋਈ ਨਹੀਂ ਤਰਿਆ। ਬੋਲੋ ਸਤਨਾਮ। ਇਹ ਸੁਖਮਨੀ ਸਾਹਿਬ ਦੇ ਪਦੇ ਦਾ ਨਿਚੋੜ, ਨਹਾ ਕੇ ਕੋਈ ਨਹੀਂ ਤਰਿਆ, ਪਰ ਗਿਆਨ ਦੇ ਇਸ਼ਨਾਨ ਨੇ ਅਨੇਕਾਂ ਪਾਪੀ ਤਾਰਤੇ, ਨਾਨਕ ਨਾਮ ਉਤਰੇ ਪਤਤ ਬਹੁ ਮੂਚ। ਸੋ ਇੱਥੋਂ ਤੱਕ ਇਹ ਗੱਲ ਸਮਝ ਲਈ ਵੀ ਮਨਾ ਕਿਤੇ ਆ ਤੂੰ ਕਿਤੇ ਨਹਾਉਣ ਜਾਂ ਕਿਤੇ ਦੇਵਤੇ ਪੂਜਣ ਦੇ ਜਾਲਾਂ 'ਚ ਹੀ ਨਾ ਕਿਤੇ ਰਹਿ ਜਾਈਂ, ਖਹਿੜਾ ਛੁੱਟਣਾ ਨਹੀਂ। ਫਿਰ ਪੜ੍ਹੋ ਹੁਣ ਸਮਾਪਤੀ ਦੀਆਂ ਪੰਕਤੀਆਂ, ਨਾਵਣ ਕੋ ਤੀਰਥ ਘਣੇ ਮਨ ਬਉਰਾ ਰੇ, ਪੂਜਨ ਕੋ ਬਹੁ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬਉਰਾ ਰੇ। ਕਮਲਿਆ ਮਨਾ ਦੇਵਤੇ ਪੂਜ ਕੇ ਅਤੇ ਬਾਹਰੀ ਤੀਰਥਾਂ 'ਤੇ ਨਹਾ ਕੇ ਖਹਿੜਾ ਛੁੱਟਣਾ ਨਹੀਂ। ਕਹੋ ਕਬੀਰ ਛੂਟਣ ਨਹੀਂ ਮਨ ਬਉਰਾ ਰੇ, ਛੂਟਣ ਹਰ ਕੀ ਸੇਵ, ਛੁਟਕਾਰਾ ਹੋਣਾ ਹਰੀ ਦੀ ਸੇਵਾ ਕਰਿਆ ਕਰ। ਹਰੀ ਦੀ ਸੇਵਾ ਕੀ ਹੁੰਦੀ ਹੈ? ਇੱਕ ਤਾਂ ਧਿਆਨ 'ਚ ਰੱਖਣਾ ਮਾਲਕ ਨੂੰ, ਜਿਨ ਤੇਰੀ ਮਨ ਬਣਤ ਬਣਾਈ, ਊਠਤ ਬੈਠਤ ਸਦ ਤਿਸੇ ਧਿਆਈ, ਹਰ ਕੀ ਟਹਿਲ ਕਮਾਵਣੀ, ਕਿਵੇਂ ਕਮੀ ਗਈ? ਜਪੀਆ ਪ੍ਰਭ ਕਾ ਨਾਮ, ਨਾਮ
ਤੇ ਇੱਕ ਹਰੀ ਦੀ ਸੇਵਾ, ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ। ਕਿਉਂਕਿ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਵੈਸਨ ਪਾਈਐ। ਸੋ ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ, ਅਤੇ ਮਾਲਕ ਨੂੰ ਧਿਆਨ ਵਿੱਚ ਰੱਖ ਕੇ ਭਲੇ ਕੰਮ ਕਰਨੇ, ਇਹੀ ਛੁਟਕਾਰੇ ਦਾ ਸਾਧਨ ਹੈ। ਤਾਂ ਹੀ ਇਹ ਮਾਨਸ ਦੇਹੀ ਮੰਨੀ ਜਾਊਗੀ ਜੇ ਇਹ ਤੋਂ ਇਹ ਕੰਮ ਲਵੇਂ। ਗੁਰ ਸੇਵਾ ਅਤੇ ਭਗਤ ਕਮਾਈ, ਤਵ ਇਹ ਮਾਨਸ ਦੇਹੀ ਪਾਈ, ਇਹ ਮਾਨਸ ਦੇਹੀ ਪਾਈ ਤਾਂ ਸਮਝੀ ਜਾਊ। ਗੁਰ ਸੇਵਾ ਕੀ ਹੁੰਦੀ ਹੈ? ਗੁਰੂ ਕਹੇ ਸਿੱਖ ਕਰੇ, ਬਚਨ ਸਤਿਗੁਰ ਬਚਨ ਕਮਾਵਣੀ ਸੱਚਾ ਹੈ ਵਿਚਾਰ। ਸੋ ਉਹ ਕੰਮ ਕਰਨੇ ਜਿਹਨਾਂ ਕੰਮਾਂ ਨੂੰ ਕਰਨ ਵਾਸਤੇ ਗੁਰੂ ਸਾਹਿਬ ਕਹਿੰਦੇ ਆ, ਗੁਰਸੇਵਾ, ਭਗਤ ਕਮਾਈ, ਮਾਲਕ ਨੂੰ ਧਿਆਨ 'ਚ ਰੱਖਣਾ, ਇਹ ਮਾਨਸ ਦੇਹੀ ਪਾਈ ਤਾਂ ਹੈ ਜੇ ਤੋਂ ਇਹ ਕੰਮ ਲੈ ਲਿਆ ਜਾਵੇ। ਪ੍ਰਮਾਣ ਪੜ੍ਹ ਲਓ। ਗੁਰ ਸੇਵਾ ਤੇ ਭਗਤ ਕਮਾਈ, ਗੁਰ ਸੇਵਾ ਤੇ ਭਗਤ ਖਾਪੀ, ਤੁਸੀਂ ਤਾਂ ਬਹੁਤ ਪਾ ਰਹੇ ਹੋ। ਬਸ ਲੈ ਗਿਆ ਚਾਰਜ, ਲੈ ਗਿਆ। ਹਾਂਜੀ, ਪੰਜ ਸੱਤ ਮਿੰਟ ਥੋੜ੍ਹਾ ਚੁੱਪ ਦਾ ਦਾਨ ਬਖਸ਼ੋ। ਹਾਂਜੀ, ਇੱਥੋਂ ਤੱਕ ਸ਼ਬਦ ਦੀ ਵਿਚਾਰ ਸੰਪੂਰਨ ਹੋ ਗਈ। ਸਮਾਪਤੀ ਦੀਆਂ ਪੰਕਤੀਆਂ ਫਿਰ ਪੜ੍ਹ ਲਓ। ਨਹਾਵਣ ਕੋ ਤੀਰਥ ਘਣੇ ਮਨ ਬੌਰਾਰੇ, ਪੂਜਨ ਕੋ ਭਉ ਦੇਵ, ਕਹੋ ਕਬੀਰ ਛੂਟਣ ਨਹੀਂ ਮਨ ਬੌਰਾਰੇ, ਛੂਟਣ ਹਰ ਕੀ। ਹਰੀ ਪਰਮੇਸ਼ਰ ਦੀ ਸੇਵਾ ਹੀ ਛੁਟਕਾਰੇ ਦਾ ਸਾਧਨ ਹੈ। ਉਹ ਸੇਵਾ ਕੀ ਹੈ? ਮਾਲਕ ਨੂੰ ਧਿਆਨ ਵਿੱਚ ਰੱਖ ਕੇ ਭਲੇ ਦੇ ਕੰਮ ਕਰਨੇ। ਤਾਂ ਤੇ ਹੁਣ ਆਪਾਂ ਪੰਜ ਸੱਤ ਮਿੰਟਾਂ ਵਿੱਚ ਹੀ ਗੱਲ ਕਰਾਂਗੇ ਭਾਈ ਮਣੀ ਸਿੰਘ ਦੀ ਸ਼ਹਾਦਤ ਦੀ, ਉਪਰੰਤ 6 ਪੌੜੀ ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਹੋਣੀ ਹੈ। ਸੋ ਸ਼ਹੀਦ ਭਾਈ ਮਣੀ ਸਿੰਘ, ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ, ਆਪ ਨੂੰ ਪਤਾ ਕਿਵੇਂ ਬੰਦ ਬੰਦ ਕਟਵਾਏ, ਸੱਚ ਧਰਮ ਤੋਂ ਡੋਲੇ ਨਹੀਂ ਕਾਇਮ ਰਹੇ। ਪਿਛੋਕੜ ਹੁਣ ਬਹੁਤਾ ਸਮਾਂ ਨਹੀਂ ਦੱਸਣ ਦਾ, ਪਰ ਤਕਰੀਬਨ 90 ਦੇ
ਗਿਣਤੀ ਵਿੱਚ ਸਮਝ ਕੇ 1990 ਦੇ ਕਰੀਬ ਸ਼ਹੀਦ ਨੇ ਇਕੱਲੇ ਭਾਈ ਸਾਹਿਬ ਭਾਈ ਮਣੀ ਸਿੰਘ ਦੇ ਪਰਿਵਾਰ ਦੇ ਕਿੰਨੇ ਸ਼ਹੀਦ ਹੈ? ਤਕਰੀਬਨ 90 ਲਗਭਗ ਕਹਿ ਲਓ 90। 12 ਭਰਾ ਹੈ, 11 ਸ਼ਹੀਦ, 12 ਭਾਈ ਨੇ ਭਾਈ ਮਣੀ ਸਿੰਘ ਹੋਰੇ, 11 ਸ਼ਹੀਦ, 10 ਪੁੱਤਰ ਨੇ, 10 ਪੁੱਤਰ 8 ਸ਼ਹੀਦ, 8 ਸ਼ਹੀਦ। ਉਸ ਤੋਂ ਪਹਿਲਾਂ ਦਾਦਾ ਜੀ ਛੇਵੇਂ ਪਾਤਸ਼ਾਹ ਜੀ ਵੇਲੇ ਅੰਮ੍ਰਿਤਸਰ ਸਾਹਿਬ ਦੀ ਜੰਗ ਸ਼ਹੀਦ ਹੋਈ। ਪਹਿਲਾਂ ਭਾਈ ਮਣੀ ਸਿੰਘ ਦੇ ਦਾਦਾ ਜੀ ਪਹਿਲੇ ਜੰਗ ਦੇ ਸ਼ਹੀਦ ਹੈ, ਛੇਵੇਂ ਪਾਤਸ਼ਾਹ ਪਿਛੋਕੜ ਲੈਣਾ ਹੋਵੇ। ਸੋ ਇੱਥੇ 60 ਦੇ ਤਕਰੀਬਨ ਹੋਰ ਰਿਸ਼ਤੇਦਾਰ, ਅਤੇ ਇਹ ਭਾਈ ਮਣੀ ਸਿੰਘ ਜੀ ਦੇ ਸਹੁਰਾ ਸਾਹਿਬ ਨੇ ਕੌਣ? ਲੱਖੀ ਰਾਏ ਬਣਜਾਰਾ, ਕਿਤੇ ਲੱਖੀ ਸ਼ਾਹ ਬਣਜਾਰਾ ਵੀ ਕਹਿ ਦਿੱਤਾ, ਪਰ ਲੱਖੀ ਰਾਏ ਬਣਜਾਰਾ ਬਹੁਤ ਇਤਿਹਾਸਕਾਰਾਂ ਨੇ ਲਿਖਿਆ, ਨਾਂ ਦਾ ਮਾੜਾ ਜਿਹਾ ਫਰਕ ਪੈ ਜਾਂਦਾ ਕਈ ਵਾਰੀ ਨਾ। ਤਾਂ ਅਤੇ ਲੱਖੀ ਰਾਏ ਬਣਜਾਰਾ ਦੀ ਜੋ ਸਪੁੱਤਰੀ ਸੀ ਬੀਬੀ ਸੀਤੋ, ਇਹ ਭਾਈ ਮਣੀ ਸਿੰਘ ਜੀ ਦੇ ਨਾਲ ਵਿਆਹੇ ਹੋਏ ਸੀ। ਅਤੇ ਪੁੱਤਰਾਂ ਵਿੱਚੋਂ ਬਚਿੱਤਰ ਸਿੰਘ ਦਾ ਨਾਂ ਤਾਂ ਬਹੁਤ ਨੇ ਸੁਣੀ ਹੋਣਾ, ਜਿਨ੍ਹਾਂ ਨੇ ਨਾਗਨੀ ਵਰਛੀ ਦੇ ਨਾਲ ਮਸਤੀ ਹਾਥੀ ਨਾਲ ਮੁਕਾਬਲਾ ਕੀਤਾ ਸੀ, ਦਸ਼ਮੇਸ਼ ਪਿਤਾ ਨੇ ਥਾਪੜਾ ਦੇ ਕੇ ਤੋਰਿਆ ਸੀ ਨਾ, ਉਹ ਭਾਈ ਮਣੀ ਸਿੰਘ ਦੀ ਸੁਪੁੱਤਰ ਹੈ। ਅਤੇ ਮਹਾਂ ਸਿੰਘ ਸੁਣਿਆ ਹੋਣਾ, ਅਤੇ ਮੈਂ ਖਾਸ ਖਾਸ ਪਾਤਰ ਕਹੇ ਹੈ, ਮਹਾਂ ਸਿੰਘ ਦਾ ਨਾਂ ਸੁਣਿਆ ਹੋਣਾ ਜੋ ਮੁਕਤਸਰ ਸਾਹਿਬ ਦੀ ਜੰਗ ਦੇ ਵਿੱਚ ਵਿਦਾਵਾ ਪੜਵਾਇਆ। ਕੌਣ ਨੇ ਇਹ? ਇਹ ਭਾਈ ਮਣੀ ਸਿੰਘ ਜੀ ਦੇ ਭਤੀਜੇ ਨੇ, ਰਾਏ ਸਿੰਘ ਦੇ ਸੁਪੁੱਤਰ। ਵੱਡੇ ਭਾਈ ਦਾ ਨਾਂ ਰਾਏ ਸਿੰਘ ਹੈ, ਰਾਏ ਸਿੰਘ, ਅਤੇ ਇਹਦਾ ਜਿਹੜਾ ਸੁਪੁੱਤਰ ਸੀ ਮਹਾਂ ਸਿੰਘ ਜੋ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ। ਸੋ ਇਹ ਹੈ ਥੋੜ੍ਹਾ ਕੁ ਯਾਨੀ ਕਿ ਆਪਾਂ ਕੀਤਾ। ਅਤੇ ਗੁਰੂ ਘਰ ਦੇ ਵਿੱਚ ਯਾਨੀ ਕਿ ਸੇਵਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਲਿਖਿਆ, ਦਸ਼ਮੇਸ਼ ਪਿਤਾ ਜੀ ਨੇ ਭਾਈ ਮਣੀ ਸਿੰਘ ਨੂੰ ਲਿਖਾਰੀ ਬਣਾ ਕੇ ਸਾਰੀ ਗੁਰਬਾਣੀ ਆਪ ਲਿਖਵਾਈ, ਦਸ਼ਮੇਸ਼ ਪਿਤਾ ਜੀ ਉਚਾਰਨ ਕਰਦੇ, ਨਾਲ ਦੀ ਨਾਲ ਭਾਈ ਮਣੀ ਸਿੰਘ ਜੀ ਲਿਖਦੇ। ਸੋ ਜੋ ਗੁਰਗੱਦੀ ਦਾ ਸੁਸ਼ੋਭਿਤ ਸਰੂਪ ਹੈ, ਪਹਿਲਾਂ ਭਾਈ ਗੁਰਦਾਸ ਜੀ ਨੂੰ ਲਿਖਾਰੀ ਬਣਾ ਕੇ, ਆਪ ਨੂੰ ਪਤਾ ਹੈ ਪੰਜਵੇਂ ਪਾਤਸ਼ਾਹ ਜੀ ਨੇ ਗੁਰਬਾਣੀ ਲਿਖਾਈ, ਦਸ਼ਮੇਸ਼ ਪਿਤਾ ਜੀ ਨੇ ਭਾਈ ਮਣੀ ਸਿੰਘ ਨੂੰ ਲਿਖਾਰੀ ਬਣਾ ਕੇ, ਉਸ ਤੋਂ ਬਾਅਦ ਆਪ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਨੇ ਉਪ ਲਿਖਾਰੀ ਬਣ ਕੇ ਭਾਵ ਉਸ ਸਰੂਪ ਤੋਂ ਉਤਾਰੇ ਕੀਤੇ। ਤਾਂ ਅਤੇ ਫਿਰ ਨਾਲ ਨਾਲ ਤੁਹਾਨੂੰ ਪਤਾ ਜਿਸ ਵੇਲੇ ਸਰਸਾ ਦੇ ਕੰਢੇ 'ਤੇ ਵਿਛੋੜਾ ਪਿਆ, ਅਤੇ ਗੁਰੂ ਕੇ ਮਹਿਲ ਭਾਈ ਮਣੀ ਸਿੰਘ ਦੇ ਨਾਲ ਹੀ ਪਹਿਲਾਂ ਕੋਟਕਪੂਰੇ ਪਹੁੰਚੇ ਸੀ, ਆਪਣਾ ਜੋ ਕਪੂਰੇ ਦੇ ਕਿਲੇ 'ਚ, ਬਾਅਦ ਵਿੱਚ ਦਿੱਲੀ ਪਹੁੰਚੇ, ਕਿਹਦੇ ਨਾਲ? ਭਾਈ ਮਣੀ ਸਿੰਘ ਦੇ ਨਾਲ। ਮਣੀ ਸਿੰਘ ਨੇ ਉਸ ਤੋਂ ਬਾਅਦ ਭਾਈ ਮਣੀ ਸਿੰਘ ਦੇ ਨਾਲ ਹੀ ਵਾਪਸ ਦਮਦਮਾ ਸਾਹਿਬ ਪਹੁੰਚੇ, ਜਿੱਥੇ ਕਿ ਗੁਰੂ ਸਾਹਿਬ ਦਾ ਮੇਲ ਹੋਇਆ। ਚਲੋ, ਜਿਸ ਵੇਲੇ ਤੁਹਾਨੂੰ ਪਤਾ ਹੈ ਭਾਈ ਮਣੀ ਸਿੰਘ ਜੀ ਨੇ ਵੀ ਸਾਰੇ ਗੁਰਸਿੱਖ ਇਕੱਠੇ ਹੋਣਗੇ, ਕੌਮੀ ਵਿਚਾਰਾਂ ਹੋਣਗੀਆਂ, ਕੌਮੀ ਫੈਸਲੇ ਕੀਤੇ ਜਾਣਗੇ, ਇੱਕ ਸਰਬੱਤ ਖਾਲਸਾ ਇਕੱਠ ਕਰਨ ਵਾਸਤੇ ਜਿਸ ਵੇਲੇ ਸਮੇਂ ਦੀ ਸਰਕਾਰ ਨੂੰ ਕਿਹਾ, ਕਿ ਹਕੂਮਤ ਉਹਨਾਂ ਦੀ ਸੀ, ਉਹਨਾਂ ਨੇ ਵੀ ਇਕੱਠ ਨੂੰ ਰੋਕਣ ਵਾਸਤੇ ਇੱਕ ਬਹਾਨਾ ਜਿਹਾ ਲਾਤਾ ਜ਼ਕਰੀਏ ਨੇ। ਕਹਿੰਦਾ ਵੀ ਜੇ ਸਿੱਖਾਂ ਦਾ ਇਕੱਠ ਕਰਨਾ ਹੈ ਨਾ, 10,000 ਰੁਪਈਆ ਦੇਣਾ ਪਊਗਾ ਸਰਕਾਰ ਨੂੰ, 10,000 ਉਸ ਸਮੇਂ ਦਾ, 10,000 ਯੂਨਿਟ ਜੋ ਵੀ ਉਸ ਵੇਲੇ ਕਰੰਸੀ ਸੀ। ਭਾਈ ਮਣੀ ਸਿੰਘ ਜੀ ਨੇ ਸੋਚਿਆ ਵੀ ਚਲੋ ਇਕੱਠੇ ਹੋਣਾ ਜ਼ਰੂਰੀ ਹੈ, ਵਿਚਾਰਾਂ ਕਰਨੀਆਂ ਜ਼ਰੂਰੀ ਹੈ, ਸੋ 10,000 ਰੁਪਈਆ ਕਹਿ ਦਿੱਤਾ ਵੀ ਦੇ ਦੇਵਾਂਗੇ। ਤਾਂ ਉਸ ਤੋਂ ਬਾਅਦ ਕੀ ਹੋਇਆ, ਇਹਨਾਂ ਦੀ ਬਦਨੀਤੀ ਹੋ ਗਈ। ਲਖਪਤ ਰਾਏ ਨੇ ਸਕੀਮ ਕੀਤੀ ਵੀ ਇਕੱਠੇ ਹੋਏ ਸਿੱਖਾਂ ਨੂੰ ਘੇਰਾ ਪਾ ਕੇ ਮਾਰ ਦਿੱਤਾ ਜਾਵੇ। ਦੁਸ਼ਟ ਚੌਂਕੜੀ 'ਤੇ ਫੈਸਲਾ ਹੋਇਆ ਵੀ ਆਸੇ ਪਾਸੇ ਫੌਜਾਂ ਲਾ ਕੇ ਰੱਖੋ, ਜੋ ਸਿੱਖ ਇਕੱਠੇ ਹੋ ਗਏ ਤਾਂ ਇਕੱਠੇ ਹੋਇਆਂ ਨੂੰ ਇੱਕਦਮ ਹੌਣਵਾ ਕਰਕੇ ਮਾਰ ਦੇਵਾਂਗੇ। ਇਹ ਜਾਣੀ ਕਿ ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਇਹ ਦੁਸ਼ਟਾਂ ਦੀ ਚੌਂਕੜੀ 'ਤੇ ਫੈਸਲਾ ਹੋ ਗਿਆ। ਭਾਈ ਮਣੀ ਸਿੰਘ ਜੀ ਨੂੰ ਪਤਾ ਲੱਗਿਆ ਵੀ ਇਹਨਾਂ ਦੀ ਬਦਨੀਤੀ ਹੈ, ਸਾਰੇ ਆਸੇ ਪਾਸੇ ਆ ਯਾਨੀ ਕਿ ਗੁਰਸਿੱਖਾਂ ਨੂੰ ਕਹਿ ਦਿੱਤਾ ਕਿ ਛੇਤੀ ਛੇਤੀ ਭੱਜ ਕੇ ਜਾ ਕੇ ਸਾਰੇ ਜਥੇ ਰੋਕ ਦਿਓ, ਅਤੇ ਇਹਨਾਂ ਦੀ ਨੀਤ ਮਾੜੀ ਹੈ, ਅਤੇ ਇਕੱਠ ਉਹ ਨਾ ਕੀਤਾ, ਰੋਕ ਦਿੱਤੇ ਗੁਰਸਿੱਖ ਜਿਹੜੇ ਕੁਝ ਕੁ ਪਹੁੰਚੇ, ਇਹਨਾਂ ਨੇ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਵੀ ਕਰ ਦਿੱਤਾ। ਅਤੇ ਬਾਅਦ ਵਿੱਚ ਜਿਸ ਵੇਲੇ ਮੰਗ ਕੀਤੀ 10,000 ਦੀ, ਅਤੇ ਭਾਈ ਮਣੀ ਸਿੰਘ ਜੀ ਕਹਿੰਦੇ ਨਾਲੇ ਤੁਸੀਂ ਸਾਡੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਿਹੜੇ ਕੁਝ ਪਹੁੰਚੇ ਹਮਲਾ, ਅਤੇ ਤੁਹਾਡੀ ਬਦਨੀਤੀ ਸੀ, ਅਤੇ ਅਸੀਂ ਰੋਕ ਦਿੱਤੇ ਇਕੱਠ, ਅਸੀਂ ਕੀਤਾ ਨਹੀਂ, ਅਤੇ ਤੁਹਾਨੂੰ ਇਹ 10,000 ਕਾਹਦਾ ਦੇਈਏ? ਕਹਿੰਦੇ ਨਾ ਜੀ, ਦੇਣਾ ਪਊ, ਦੇਣਾ ਪੈਣਾ 10,000। ਜਦਕਿ ਯਾਦ ਰੱਖਿਓ ਗੁਰੂ ਦੀ ਗੋਲਕ ਚ ਮਾਇਆ ਦਾ ਘਾਟਾ ਨਹੀਂ ਸੀ, ਘਾਟਾ ਨਹੀਂ ਸੀ, ਜਦੋਂ ਕਿਹਾ ਇਹ ਤਾਂ ਦੇਣਾ ਹੀ ਪੈਣਾ। ਭਾਈ ਮਣੀ ਸਿੰਘ ਜੀ ਨੇ ਜਵਾਬ ਦੇ ਦਿੱਤਾ ਭਾਵ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਗੁਰੂ ਦੀ ਗੋਲਕ ਦੀ ਮਾਇਆ ਨਹੀਂ ਵਰਤੀ। ਬੋਲੋ ਸਤਨਾਮ। ਜਵਾਬ ਬਹੁਤ ਜ਼ੋਰ ਲਾਇਆ, ਕਹਿੰਦੇ ਨਾ
ਗੁਰਸਿੱਖਾਂ ਨੇ ਵੀ ਕਿਹਾ ਵੀ ਭਾਈ ਸਾਹਿਬ ਗੱਲ ਨਹੀਂ ਕੋਈ, ਕਹਿੰਦੇ ਨਾ 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 ਨਾ, ਮੈਂ ਆਪਣਾ ਸਰੀਰ ਬਚਾਉਣ ਵਾਸਤੇ ਗੁਰੂ ਦੀ ਗੋਲਕ ਦੀ ਵਰਤੋਂ ਨਹੀਂ ਕਰਨੀ। ਬੋਲੋ ਸਤਨਾਮ। ਨਾ ਇਕੱਠ ਹੋਇਆ ਕੋਈ ਨਹੀਂ, ਵਿਚਾਰਾਂ ਹੋਈਆਂ ਕੋਈ ਨਹੀਂ, ਰੋਕ ਦਿੱਤੇ। ਉਹ ਤਾਂ ਸਿੰਘਾਂ ਦੇ ਇਕੱਠ ਹੁੰਦਾ ਤਾਂ ਸੀ, ਇੱਦਾਂ ਨਹੀਂ। ਗੱਲ ਮਾਇਆ ਹੈ ਜਾਂ ਨਹੀਂ ਦੀ ਨਹੀਂ, ਮਾਇਆ ਦੇ ਘਾਟੇ ਨਹੀਂ, ਪਰ ਨਾ ਫਿਰ ਤੁਹਾਨੂੰ ਪਤਾ ਕਿਵੇਂ ਨਖਾਸ ਚੌਂਕ ਦੇ ਵਿੱਚ ਭਾਈ ਮਣੀ ਸਿੰਘ ਦਾ ਬੰਦ ਕੱਟਿਆ ਗਿਆ। ਜਦੋਂ ਜਲਾਦ ਆਇਆ ਅਤੇ ਗੁੱਟ 'ਤੇ ਟੱਕ ਮਾਰਨ ਲੱਗ ਗਿਆ। ਇੱਕ ਖਾਸ ਗੱਲ ਹੋਰ ਕਹਿ ਦੇਵਾਂ, ਭਾਈ ਮਣੀ ਸਿੰਘ ਜੀ ਨੇ ਕੀ ਕਿਹਾ ਜਲਾਦ ਨੂੰ ਤੁਸੀਂ ਦੱਸੋ। ਭਾਈ ਮਣੀ ਸਿੰਘ ਕਹਿੰਦੇ ਉਹ ਜਲਾਦਾ ਗੁੱਟ 'ਤੇ ਟੱਕ ਕਾਤੇ ਮਾਰਦੇ, ਇਸ਼ਾਰਾ ਕਰਕੇ ਕਹਿੰਦੇ ਜਲਾਦ ਨੂੰ, ਕਹਿੰਦੇ ਇੱਥੋਂ ਲੱਗਣਾ ਉਂਗਲਾਂ ਦੇ ਪੋਟਿਆਂ ਤੋਂ, ਇੱਥੋਂ ਸ਼ੁਰੂ ਹੁੰਦਾ ਬੰਦ। ਇਹਦੇ ਪਿੱਛੇ ਰੂਹਾਨੀ ਨੁਕਤਾ ਸਮਝੋ। ਇਹ ਤਾਂ ਇੰਨੀ ਕਥਾ ਸੁਣੀ ਹੈ, ਭਾਵ ਕੀ ਇਹਦਾ? ਭਾਵ ਸਮਝਣਾ ਹੁੰਦਾ। ਭਾਵ ਕੀ ਹੈ? ਵੀ ਇਹਦਾ ਭਾਵ ਹੈ ਕਿ ਭਾਈ ਮਣੀ ਸਿੰਘ ਜੀ ਉਸ ਉੱਚੇ ਰੂਹਾਨੀ ਰਸ ਵਿੱਚ ਬੈਠੇ ਹੈ, ਜਿਹੜੇ ਰਸ ਜਿਸ ਰਸ ਦੇ ਸਾਹਮਣੇ ਸਰੀਰ ਕੁਝ ਵੀ ਨਹੀਂ। ਕੀ ਕਹਿੰਦੇ? ਜਲਾਦਾ ਗੁੱਟ 'ਤੇ ਟੱਕਾ ਤੋਂ ਮਾਰਦਾ ਉਂਗਲਾਂ ਦੇ ਪੋਟਿਆਂ ਤੋਂ ਅਲੱਗ, ਭਾਵ ਕਿ ਉਸ ਗਹਿਰੇ ਰਸ ਵਿੱਚ ਬੈਠੇ ਨੇ ਭਾਈ ਮਣੀ ਸਿੰਘ ਜੀ, ਜਿਸ ਰਸ ਦੇ ਸਾਹਮਣੇ ਸਰੀਰ ਕੁਝ ਵੀ ਨਹੀਂ। ਰੂਹਾਨੀ ਨੁਕਤਾ ਇਹਦੇ ਵਿੱਚ। ਅਤੇ ਫਿਰ ਤੁਹਾਨੂੰ ਪਤਾ ਕਿਵੇਂ ਭਾਈ ਮਣੀ ਸਿੰਘ ਜੀ ਨੇ ਆਪਣਾ ਬੰਦ ਕਟਵਾ ਲਿਆ, ਸੱਚ ਧਰਮ 'ਤੇ ਕਾਇਮ ਰਹੇ, 90 ਸਾਲ ਦੀ ਉਮਰ ਦੇ ਵਿੱਚ ਸ਼ਹੀਦੀਆਂ ਪਾ ਗਏ। ਅਤੇ ਇਸੇ ਕਰਕੇ ਬਾਣੀ ਵਿੱਚ ਕਿਹਾ, ਆਓ ਇੱਕ ਇਹ ਯਾਨੀ ਕਿ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਾਂਗੇ। ਕਬੀਰ ਮਰਤਾ ਮਰ ਭੇ ਨਾ ਜਾਣਿਆ ਹੋਏ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ। ਆਓ ਭਾਈ ਸਾਹਿਬ ਦੀ ਸ਼ਹਾਦਤ ਦੀ ਯਾਦ ਵਿੱਚ ਇਹ ਸਲੋਕ ਵੀ ਪੜ੍ਹ ਲਈਏ। Yeah.
ਸਤਿ ਸ੍ਰੀ ਅਕਾਲ।